ਗੁੱਡ ਮਾਰਨਿੰਗ ਸਟੂਡੈਂਟਸ ਸਟੂਡੈਂਟਸ ਕੱਲ ਅਸੀਂ ਕਰੰਟ ਇਲੈਕਟ੍ਰੀਸਿਟੀ ਸਟਾਰਟ ਕਰ ਲਿਆ ਸੀ ਆਪਣਾ, ਔਰ ਅੱਜ ਦੇ ਲੈਕਚਰ ਦੇ ਵਿੱਚ ਅਸੀਂ ਬੇਟਾ ਡ੍ਰਿਫਟ ਵੈਲੋਸਿਟੀ ਦੀ ਡੈਫੀਨੇਸ਼ਨ ਦੁਆਰਾ ਦੇ ਦੂੰਗਾ, ਡ੍ਰਿਫਟ ਵੈਲੋਸਿਟੀ ਦੀ ਡੈਰੀਵੇਸ਼ਨ ਕਰਾਂਗੇ, ਓਮਸ ਲਾਅ ਦੀ ਡਿਡਕਸ਼ਨ ਕਰਾਂਗੇ, ਇੱਕ ਰਿਲੇਸ਼ਨ ਪਤਾ ਕਰਾਂਗੇ ਕਰੰਟ ਤੇ ਡ੍ਰਿਫਟ ਵੈਲੋਸਿਟੀ ਦੇ ਵਿੱਚ। ਅੱਜ ਦਾ ਲੈਕਚਰ ਬਹੁਤ ਇੰਪੋਰਟੈਂਟ ਆ ਬੇਟਾ ਤੁਹਾਡੇ ਲਈ, ਕਿਉਂ? ਕਿਉਂਕਿ ਇਹ ਸਾਰਾ ਜਿੰਨਾ ਪੈਟਰਨ ਹੁਣ ਸਟਾਰਟ ਹੋਣ ਲੱਗਾ ਕਿ ਡ੍ਰਿਫਟ ਵੈਲੋਸਿਟੀ ਦੀ ਡੈਰੀਵੇਸ਼ਨ, ਰਿਲੇਸ਼ਨ ਬਿਟਵੀਨ ਕਰੰਟ ਐਂਡ ਡ੍ਰਿਫਟ ਵੈਲੋਸਿਟੀ, ਇਹ ਸਾਰਾ ਤੁਹਾਡਾ ਆਬਜੈਕਟਿਵ ਸਬਜੈਕਟਿਵ ਦੋਨਾਂ ਦੇ ਵਿੱਚ ਬਹੁਤ ਕੰਮ ਦਾ। ਸਬਜੈਕਟਿਵ ਦੇ ਵਿੱਚ ਇਹਦੀ ਡੈਰੀਵੇਸ਼ਨ ਪੁੱਛੀ ਜਾਂਦੀ ਬਾਰ ਬਾਰ, 3 ਮਾਰਕਸ ਲਈ ਬੜੀ ਇੰਪੋਰਟੈਂਟ ਡੈਰੀਵੇਸ਼ਨ ਆ ਡ੍ਰਿਫਟ ਵੈਲੋਸਿਟੀ, ਰਿਲੇਸ਼ਨ ਬਿਟਵੀਨ ਕਰੰਟ ਐਂਡ ਡ੍ਰਿਫਟ ਵੈਲੋਸਿਟੀ, ਡਿਡਕਸ਼ਨ ਆਫ ਓਮਸ ਲਾਅ। ਠੀਕ ਹੈ, ਸੋ ਧਿਆਨ ਦੇ ਨਾਲ ਮੇਰੇ ਬੱਚਾ। ਸੋ ਡ੍ਰਿਫਟ ਵੈਲੋਸਿਟੀ ਦੀ ਕੱਲ ਮੈਂ ਡੈਫੀਨੇਸ਼ਨ ਦਿੱਤੀ ਵੀ ਸੀਗੀ ਕਿ ਡ੍ਰਿਫਟ ਵੈਲੋਸਿਟੀ ਕੀ ਆ, ਇਟ ਇਜ਼ ਦੀ ਐਵਰੇਜ ਵੈਲੋਸਿਟੀ, ਇਟ ਇਜ਼ ਦੀ ਐਵਰੇਜ ਵੈਲੋਸਿਟੀ ਕਿਹਨਾਂ ਦੀ ਬੇਟਾ, ਇਲੈਕਟ੍ਰੋਨਸ ਦੀ। ਇਟ ਇਜ਼ ਦੀ ਐਵਰੇਜ ਵੈਲੋਸਿਟੀ ਆਫ ਇਲੈਕਟ੍ਰੋਨਸ ਵਿਦ ਵਿਚ ਦੇ ਡ੍ਰਿਫਟਿਡ ਟੋਵਾਰਡ ਬੇਟਾ ਕਿੱਧਰ ਨੂੰ ਜਾ ਰਹੇ ਹੁੰਦੇ ਆ, ਨੈਗੇਟਿਵ ਵੱਲ ਨੂੰ ਜਾਂ ਪੋਜ਼ਿਟਿਵ? ਇਲੈਕਟ੍ਰੋਨ ਕਿੱਧਰ ਨੂੰ ਜਾਣਗੇ? ਪੋਜ਼ਿਟਿਵ ਵੱਲ ਨੂੰ। ਠੀਕ ਹੈ, ਅੰਡਰ ਦਾ ਇਨਫਲੂਐਂਸ ਆਫ, ਕਿਉਂ ਗਏ ਸੀਗੇ? ਕਿਉਂਕਿ ਬੇਟਾ ਇਲੈਕਟ੍ਰਿਕ ਫੀਲਡ ਅਪਲਾਈ ਕਰਤੀ ਸੀ ਅਸੀਂ। ਠੀਕ ਹੈ, ਅੰਡਰ ਦਾ ਇਨਫਲੂਐਂਸ ਆਫ ਐਕਸਟਰਨਲ ਇਲੈਕਟ੍ਰਿਕ ਫੀਲਡ, ਅੰਡਰ ਦਾ ਇਨਫਲੂਐਂਸ ਆਫ ਐਕਸਟਰਨਲ ਇਲੈਕਟ੍ਰਿਕ ਫੀਲਡ, ਐਕਸਟਰਨਲ ਇਲੈਕਟ੍ਰਿਕ ਫੀਲਡ। ਠੀਕ ਹੈ ਬੇਟਾ, ਇਹ ਡੈਫੀਨੇਸ਼ਨ ਆ। ਸਭ ਤੋਂ ਪਹਿਲਾਂ ਡੈਫੀਨੇਸ਼ਨ ਇਹੀ ਦੇਣੀ ਹੈ ਕਿ ਡ੍ਰਿਫਟ ਵੈਲੋਸਿਟੀ, ਇਟ ਇਜ਼ ਦੀ ਐਵਰੇਜ ਵੈਲੋਸਿਟੀ ਆਫ ਇਲੈਕਟ੍ਰੋਨਸ ਵਿਦ ਵਿਚ ਦੇ ਡ੍ਰਿਫਟਿਡ ਟੁਵਰਡ ਪੋਜ਼ਿਟਿਵ ਟਰਮੀਨਲ ਅੰਡਰ ਦਾ ਇਨਫਲੂਐਂਸ ਆਫ ਐਕਸਟਰਨਲ ਇਲੈਕਟ੍ਰਿਕ ਫੀਲਡ। ਹੁਣ ਬੇਟਾ ਇਹਦੀ ਡੈਰੀਵੇਸ਼ਨ ਕਰਨੀ ਕਿੱਦਾਂ? ਸੋ ਬੇਟਾ ਸਭ ਤੋਂ ਪਹਿਲਾਂ ਇੱਕ ਕੰਡਕਟਰ ਲਿਆ ਸੀ, ਕੰਡਕਟਰ ਤੁਸੀਂ ਮੰਨ ਸਕਦੇ ਹੋ ਕਾਪਰ ਵਾਇਰ, ਕੰਡਕਟਰ ਹੈ ਨਾ, ਇੱਕ ਕਾਪਰ ਦੀ ਵਾਇਰ ਮੰਨ ਲਈ ਜਿਹਦਾ ਏਰੀਆ ਆਫ ਕ੍ਰੋਸ ਸੈਕਸ਼ਨ ਹੈਗਾ ਬੇਟਾ ਕੈਪੀਟਲ ਏ, ਔਰ ਇਹਦੀ ਲੈਂਥ ਹੈਗੀ ਆ ਬੇਟਾ ਐਲ। ਇਹਦੇ ਕ੍ਰੋਸ ਅਸੀਂ ਇੱਕ ਬੈਟਰੀ ਕਨੈਕਟ ਕਰ ਦਿੱਤੀ ਜਾਂ ਸੈੱਲ ਕਨੈਕਟ ਕਰ ਦਿੱਤਾ। ਹੁਣ ਇਸ ਸੈੱਲ ਦੇ ਨਾਲ ਜਾਂ ਕਹਾਂ ਬੈਟਰੀ ਦੇ ਨਾਲ ਕੀ ਕ੍ਰੀਏਟ ਹੋਇਆ? ਪੋਟੈਂਸ਼ੀਅਲ ਡਿਫਰੈਂਸ ਕ੍ਰੀਏਟ ਹੋਇਆ ਅਕ੍ਰੋਸ ਦੀ ਐਂਡਸ ਆਫ ਦੀ ਕੰਡਕਟਰ। ਇਸ ਬੈਟਰੀ ਨੇ ਕੀ ਕੀਤਾ? ਇਸ ਕੰਡਕਟਰ ਦੇ ਅਕ੍ਰੋਸ, ਇਸ ਕੰਡਕਟਰ ਦੇ ਅਕ੍ਰੋਸ ਪੋਟੈਂਸ਼ੀਅਲ ਡਿਫਰੈਂਸ ਡਿਵੈਲਪ ਕੀਤਾ। ਠੀਕ ਹੈ, ਇਲੈਕਟ੍ਰਿਕ ਫੀਲਡ ਕਿਸ ਡਾਇਰੈਕਸ਼ਨ ਚ? ਫਰੋਮ ਪੋਜ਼ਿਟਿਵ ਟੂ ਨੈਗੇਟਿਵ। ਅੱਛਾ, ਇਲੈਕਟ੍ਰਿਕ ਫੀਲਡ ਤੇ ਪੋਟੈਂਸ਼ੀਅਲ ਚ ਰਿਲੇਸ਼ਨ ਬਾਰ ਬਾਰ ਸਾਨੂੰ ਯੂਜ਼ ਹੁੰਦਾ, ਈ ਇਜ਼ ਇਕੁਅਲਸ ਟੂ ਮਾਈਨਸ ਵੀ ਅਪੋਨ ਐਲ, ਈ ਇਜ਼ ਇਕੁਅਲਸ ਟੂ ਮਾਈਨਸ ਵੀ ਅਪੋਨ ਐਲ। ਇਲੈਕਟ੍ਰਿਕ ਫੀਲਡ ਐਜ਼ ਅ ਪੋਟੈਂਸ਼ੀਅਲ ਗ੍ਰੇਡੀਐਂਟ, ਇਲੈਕਟ੍ਰਿਕ ਫੀਲਡ ਐਜ਼ ਅ ਪੋਟੈਂਸ਼ੀਅਲ ਗ੍ਰੇਡੀਐਂਟ। ਲੇਕਿਨ ਬੇਟਾ ਅਗਰ ਸਿਰਫ ਮੈਗਨੀਚਿਊਡ ਲਿਖਣਾ ਹੋਵੇ ਤਾਂ ਅਸੀਂ ਲਿਖੀਦਾ ਈ ਇਜ਼ ਇਕੁਅਲਸ ਟੂ ਵੀ ਅਪੋਨ ਐਲ। ਅਗਰ ਸਿਰਫ ਮੈਗਨੀਚਿਊਡ ਲਿਖਣਾ ਹੋਵੇ, ਏ ਕੀ ਲਿਖ ਰਿਹਾ ਮੈਂ, ਈ ਇਜ਼ ਇਕੁਅਲਸ ਟੂ ਵੀ ਅਪੋਨ ਐਲ, ਓਨਲੀ ਮੈਗਨੀਚਿਊਡ। ਨੈਗੇਟਿਵ ਸਾਈਨ ਯਾਦ ਨਾ ਕੀ ਦੱਸ ਰਿਹਾ ਹੁੰਦਾ? ਕਿ ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ ਦੇ ਵਿੱਚ ਪੋਟੈਂਸ਼ੀਅਲ ਡਿਕਰੀਜ਼ ਹੋ ਰਿਹਾ ਹੁੰਦਾ, ਔਰ ਸਿਰਫ ਮੈਗਨੀਚਿਊਡ ਲਿਖਣਾ ਤਾਂ ਈ ਇਜ਼ ਇਕੁਅਲਸ ਟੂ ਵੀ ਅਪੋਨ ਐਲ। ਇੱਕ ਕੰਡਕਟਰ ਆ ਕਾਪਰ ਮੰਨ ਲਿਆ, ਠੀਕ ਹੈ ਜੀ, ਉਹਦੀ ਲੈਂਥ ਕਿੰਨੀ ਆ ਐਲ, ਏਰੀਆ ਆਫ ਕ੍ਰੋਸ ਸੈਕਸ਼ਨ ਏ। ਬੇਟਾ ਇਹਦੇ ਅੰਦਰ ਜਿਹੜੇ ਇਲੈਕਟ੍ਰੋਨਸ ਨੇ, ਇਹਦੇ ਅੰਦਰ ਜਿਹੜੇ ਇਲੈਕਟ੍ਰੋਨਸ ਨੇ, ਇਲੈਕਟ੍ਰਿਕ ਫੀਲਡ ਕਰਕੇ ਉਹਨਾਂ 'ਤੇ ਫੋਰਸ ਲੱਗੀ, ਇਸ ਇਲੈਕਟ੍ਰਿਕ ਫੀਲਡ ਕਰਕੇ ਉਹਨਾਂ 'ਤੇ ਫੋਰਸ ਲੱਗੀ। ਫੋਰਸ ਔਨ ਐਨ ਇਲੈਕਟ੍ਰੋਨ, ਕਿੰਨੀ ਫੋਰਸ ਲੱਗੀ? ਫੋਰਸ ਔਨ ਐਨ ਇਲੈਕਟ੍ਰੋਨ, ਠੀਕ ਹੈ, ਅਸੀਂ ਪੜ੍ਹੀ ਹੋਈ ਆ, ਮਾਈਨਸ ਈ ਇੰਟੂ ਕੈਪੀਟਲ ਈ, ਮਾਈਨਸ ਈ ਇੰਟੂ ਕੈਪੀਟਲ ਈ।
ਨੈਗੇਟਿਵ ਸਾਈਨ ਕੀ ਸ਼ੋ ਕਰ ਰਿਹਾ ਵਾ ਕਿ ਫੋਰਸ ਇਲੈਕਟ੍ਰਿਕ ਫੀਲਡ ਤੋਂ ਆਪੋਜ਼ਿਟ ਡਾਇਰੈਕਸ਼ਨ 'ਚ ਲੱਗ ਰਹੀ ਆ, ਫੋਰਸ ਜਿਹੜੀ ਇਹਨਾਂ ਇਲੈਕਟ੍ਰੋਨਸ 'ਤੇ ਫੋਰਸ ਲੱਗ ਰਹੀ ਆ ਉਹ ਇਲੈਕਟ੍ਰਿਕ ਫੀਲਡ ਤੋਂ ਆਪੋਜ਼ਿਟ ਡਾਇਰੈਕਸ਼ਨ 'ਚ ਲੱਗ ਰਹੀ ਆ, ਇਸ ਫੋਰਸ ਲੱਗਣ ਕਰਕੇ ਉਹਨਾਂ ਨੂੰ ਐਕਸੀਲਰੇਸ਼ਨ ਮਿਲੀ ਬੇਟਾ। ਫੋਰਸ ਨੇ ਕੀ ਪ੍ਰੋਡਿਊਸ ਕੀਤੀ ਉਹਨਾਂ 'ਚ? ਐਕਸੀਲਰੇਸ਼ਨ, ਠੀਕ ਹੈ। ਇਹ ਕਿਸੇ ਵੀ ਇਲੈਕਟ੍ਰੋਨ 'ਤੇ ਅਗਰ ਮੈਂ ਫੋਰਸ ਲਿਖਣ 'ਤੇ ਲਿਖੀ ਗਈ ਮਾਈਨਸ ਇੰਟੂ ਸਮਾਲ ਈ ਇੰਟੂ ਕੈਪੀਟਲ ਈ, ਕੈਪੀਟਲ ਈ ਇਜ਼ ਇਲੈਕਟ੍ਰਿਕ ਫੀਲਡ, ਸਮਾਲ ਈ ਚਾਰਜ ਆਨ ਐਨ ਇਲੈਕਟ੍ਰੋਨ। ਹੁਣ ਬੇਟਾ ਫੋਰਸ ਹੁੰਦੀ ਆ ਮਾਸ ਇੰਟੂ ਐਕਸੀਲਰੇਸ਼ਨ, ਯਾਦ ਹੈ ਨਾ, ਫੋਰਸ ਇਜ਼ ਦਾ ਮਾਸ ਆਨ ਇੰਟੂ ਐਕਸੀਲਰੇਸ਼ਨ। ਹੁਣ ਮਾਸ ਇੰਟੂ ਐਕਸੀਲਰੇਸ਼ਨ ਕਿਹਦੇ ਬਰਾਬਰ? ਮਾਈਨਸ ਇੰਟੂ ਸਮਾਲ ਈ ਇੰਟੂ ਕੈਪੀਟਲ ਈ, ਠੀਕ ਹੈ। ਅੱਛਾ, ਸੋ ਐਕਸੀਲਰੇਸ਼ਨ ਕੀ ਲਿਖਾਂ ਬੇਟਾ? ਐਕਸੀਲਰੇਸ਼ਨ ਕੀ ਲਿਖਾਂ? ਮਾਈਨਸ ਇੰਟੂ ਸਮਾਲ ਈ ਇੰਟੂ ਕੈਪੀਟਲ ਈ ਡਿਵਾਈਡਡ ਬਾਏ ਮਾਸ। ਇਹਦਾ ਮਤਲਬ ਇਹ ਜਿਹੜੇ ਇਲੈਕਟ੍ਰੋਨਸ ਐਕਸੀਲਰੇਟ ਹੋ ਰਹੇ ਨੇ ਇਸ ਡਾਇਰੈਕਸ਼ਨ 'ਚ, ਇਨ ਦੀ ਡਾਇਰੈਕਸ਼ਨ ਆਫ ਇਲੈਕਟ੍ਰਿਕ ਫੀਲਡ, ਨੋ ਬੇਟਾ, ਇਨ ਦੀ ਆਪੋਜ਼ਿਟ ਡਾਇਰੈਕਸ਼ਨ ਆਫ ਇਲੈਕਟ੍ਰਿਕ ਫੀਲਡ। ਇਹ ਜਿਹੜੇ ਇਲੈਕਟ੍ਰੋਨਸ ਐਕਸੀਲਰੇਟ ਹੋ ਰਹੇ ਆ ਉਹਨਾਂ ਨੂੰ ਐਕਸੀਲਰੇਸ਼ਨ ਮਿਲ ਕਿੰਨੀ ਰਹੀ ਆ? ਮਾਈਨਸ ਸਮਾਲ ਈ ਇੰਟੂ ਕੈਪੀਟਲ ਈ ਡਿਵਾਈਡਡ ਬਾਏ ਐਮ। ਨੈਗੇਟਿਵ ਸਾਈਨ ਦੱਸ ਰਿਹਾ ਵਾ ਕਿ ਐਕਸੀਲਰੇਸ਼ਨ ਇਲੈਕਟ੍ਰਿਕ ਫੀਲਡ ਤੋਂ ਆਪੋਜ਼ਿਟ ਡਾਇਰੈਕਸ਼ਨ 'ਚ ਮਿਲੀ ਬੇਟਾ, ਠੀਕ ਹੈ। ਐਕਸੀਲਰੇਸ਼ਨ ਮਾਈਨਸ ਇੰਟੂ ਸਮਾਲ ਈ ਇੰਟੂ ਕੈਪੀਟਲ ਈ ਡਿਵਾਈਡਡ ਬਾਏ ਐਮ। ਕਲੈਰਿਟੀ ਇੰਨੀ ਚੀਜ਼ ਦੀ? ਅੱਛਾ, ਹੁਣ ਡ੍ਰਿਫਟ ਵੈਲੋਸਿਟੀ, ਡ੍ਰਿਫਟ ਵੈਲੋਸਿਟੀ ਅਗਰ ਲਿਖਣੀ ਹੈ ਨਾ ਤਾਂ ਯਾਦ ਕਰੋ ਡੈਫੀਨੇਸ਼ਨ ਐਕਸੀਲਰੇਸ਼ਨ ਦੀ ਕੀ ਹੁੰਦੀ ਹੈ। ਐਕਸੀਲਰੇਸ਼ਨ ਦੀ ਡੈਫੀਨੇਸ਼ਨ ਸ਼ਾਰਟਕਟ ਮੈਥਡ ਆ, ਲੇਕਿਨ ਪੇਪਰ ਦੇ ਵਿੱਚ ਇਹ ਵੀ ਐਕਸੈਪਟੇਬਲ ਆ, ਤੁਹਾਡਾ ਟੈਸਟਾਂ ਦੇ ਵਿੱਚ ਪੇਪਰ ਦੇ ਵਿੱਚ ਐਕਸੈਪਟੇਬਲ ਨੇ। ਐਕਸੀਲਰੇਸ਼ਨ ਦੀ ਡੈਫੀਨੇਸ਼ਨ, ਬਾਈ ਡੈਫੀਨੇਸ਼ਨ ਐਕਸੀਲਰੇਸ਼ਨ ਏ ਇਜ਼ ਇਕੁਅਲਸ ਟੂ ਚੇਂਜ ਇਨ ਵੈਲੋਸਿਟੀ ਅਪੋਨ ਟਾਈਮ ਟੇਕਨ, ਚੇਂਜ ਇਨ ਵੈਲੋਸਿਟੀ ਅਪੋਨ ਟਾਈਮ ਟੇਕਨ। ਅੱਛਾ, ਪਹਿਲਾਂ ਇਹਨਾਂ ਦੀ ਵੈਲੋਸਿਟੀ ਕਿੰਨੀ ਸੀ? ਜ਼ੀਰੋ, ਯਾਦ ਹੈ ਨਾ ਕੱਲ ਸਮਝਾਇਆ, ਪਹਿਲਾਂ ਇਹਨਾਂ ਦੀ ਵੈਲੋਸਿਟੀ ਕਿੰਨੀ ਸੀ? ਜ਼ੀਰੋ। ਲੇਕਿਨ ਹੁਣ ਇਹਨਾਂ ਨੂੰ ਇੱਕ ਵੈਲੋਸਿਟੀ ਮਿਲ ਗਈ ਜਿਹੜੀ ਜਿਹਨੂੰ ਨਾਮ ਕੀ ਦਿੰਦੇ ਆ? ਡ੍ਰਿਫਟ ਵੈਲੋਸਿਟੀ, ਜਿਹਨੂੰ ਨਾਮ ਕੀ ਦਿੱਤਾ? ਡ੍ਰਿਫਟ ਵੈਲੋਸਿਟੀ। ਤਾਂ ਮੈਂ ਐਕਸੀਲਰੇਸ਼ਨ ਲਿਖ ਸਕਦਾ ਬੇਟਾ ਵੀ ਡੀ ਵੈਕਟਰ ਮਾਈਨਸ ਜ਼ੀਰੋ ਅਪੋਨ ਟੋ। ਇਹ ਟੋ ਕੀ ਚੀਜ਼ ਆ ਬੇਟਾ? ਰਿਲੈਕਸੇਸ਼ਨ ਟਾਈਮ। ਕਿਸੇ ਵੀ ਦੋ ਸਕਸੈਸਿਵ ਕੋਲੀਜ਼ਨ 'ਚ ਜਿਹੜਾ ਟਾਈਮ ਲੱਗ ਰਿਹਾ ਨਾ, ਕਿਸੇ ਵੀ ਦੋ ਸਕਸੈਸਿਵ ਕੋਲੀਜ਼ਨ 'ਚ ਜਿਹੜਾ ਟਾਈਮ ਲੱਗਦਾ ਉਹਨੂੰ ਕਹਿੰਦਾ ਰਿਲੈਕਸੇਸ਼ਨ ਟਾਈਮ। ਪਰ ਇੱਥੇ ਅਸੀਂ ਇਹਨੂੰ ਮੀਨ ਰਿਲੈਕਸੇਸ਼ਨ ਟਾਈਮ ਕਵਾਂਗੇ, ਮੀਨ ਰਿਲੈਕਸੇਸ਼ਨ ਟਾਈਮ, ਕਿਉਂਕਿ ਸਿਰਫ ਅਸੀਂ ਸਿਰਫ ਇੱਕ ਇਲੈਕਟ੍ਰੋਨ ਦੇ ਉੱਤੇ ਕਰਦੇ ਕਰਦੇ ਐਵਰੇਜ ਵੀ ਦੀ ਗੱਲ ਕਰ ਸਕਦੇ ਹਾਂ। ਮੀਨ ਰਿਲੈਕਸੇਸ਼ਨ ਟਾਈਮ, ਤੁਸੀਂ ਜਦੋਂ ਅਗਰ ਡੈਰੀਵੇਸ਼ਨ ਦਾ ਰਿਜ਼ਲਟ ਦੇ ਵਿੱਚ ਦੱਸਣਾ ਕਿ ਟੋਕ ਜਾਂ ਮੀਨ ਰਿਲੈਕਸੇਸ਼ਨ ਟਾਈਮ। ਸਿੰਪਲ ਰਿਲੈਕਸੇਸ਼ਨ ਟਾਈਮ ਦਾ ਮਤਲਬ ਟਾਈਮ ਬਿਟਵੀਨ ਟੂ ਸਕਸੈਸਿਵ ਕੋਲੀਜ਼ਨ, ਮੈਂ ਡੈਫੀਨੇਸ਼ਨ ਦੇ ਦੂੰਗਾ ਬੇਟਾ। ਸੋ ਬਾਈ ਡੈਫੀਨੇਸ਼ਨ ਐਕਸੀਲਰੇਸ਼ਨ ਕਿਹਦੇ ਇਕੁਅਲ? ਵੀ ਡੀ ਮਾਈਨਸ ਜ਼ੀਰੋ ਅਪੋਨ ਟੋ। ਟੋ ਕੀ ਚੀਜ਼ ਆ? ਕਿਸੇ ਵੀ ਦੋ ਸਕਸੈਸਿਵ ਕੋਲੀਜ਼ਨ 'ਚ ਜਿੰਨਾ ਟਾਈਮ ਲੱਗ ਰਿਹਾ ਹੁੰਦਾ, ਠੀਕ। ਸੋ ਇੱਥੋਂ ਐਕਸੀਲਰੇਸ਼ਨ ਮੇਰੀ ਆ ਗਈ ਬੇਟਾ ਵੀ ਡੀ ਅਪੋਨ ਟੋ। ਇੱਥੋਂ ਐਕਸੀਲਰੇਸ਼ਨ ਮੇਰੀ ਆ ਗਈ ਵੀ ਡੀ ਅਪੋਨ ਟੋ। ਐਕਸੀਲਰੇਸ਼ਨ ਇਜ਼ ਇਕੁਅਲਸ ਟੂ ਵੀ ਡੀ ਅਪੋਨ ਟੋ। ਵੀ ਡੀ ਡ੍ਰਿਫਟ ਵੈਲੋਸਿਟੀ, ਟੋ ਮੀਨ ਰਿਲੈਕਸੇਸ਼ਨ ਟਾਈਮ ਹੋ ਗਿਆ। ਅੱਛਾ, ਜਦੋਂ ਨੰਬਰ ਆਫ ਇਲੈਕਟ੍ਰੋਨਸ ਦੀ ਗੱਲ ਕੀਤੀ ਜਾਊਗੀ, ਕਿਉਂਕਿ ਇੱਕ ਇਲੈਕਟ੍ਰੋਨ ਥੋੜ੍ਹੀ ਅੰਦਰ ਦੌੜ ਰਿਹਾ ਬੇਟਾ, ਨੰਬਰ ਆਫ ਇਲੈਕਟ੍ਰੋਨਸ ਅੰਦਰ ਦੌੜ ਰਹੇ ਨੇ ਔਰ ਸਾਰੇ ਡ੍ਰਿਫਟ ਹੋ ਰਹੇ ਆ। ਸੋ ਇੱਥੇ ਅਸੀਂ ਕਹਿ ਦਈਦਾ ਇਹ ਐਵਰੇਜ ਐਕਸੀਲਰੇਸ਼ਨ ਕਿਹਦੇ ਇਕੁਅਲ ਹੋਊਗੀ? ਡ੍ਰਿਫਟ ਵੈਲੋਸਿਟੀ ਡਿਵਾਈਡਡ ਬਾਏ ਮੀਨ ਰਿਲੈਕਸੇਸ਼ਨ ਟਾਈਮ। ਅੱਛਾ, ਦੋਨਾਂ ਨੂੰ ਕੰਪੇਅਰ ਕਰ ਲਈਏ, ਇਹਨਾਂ ਦੋਨੋਂ ਇਕੁਏਸ਼ਨਸ ਨੂੰ ਕੰਪੇਅਰ ਕਰ ਲਈਏ।
ਐਕਸੀਲਰੇਸ਼ਨ ਇੱਥੇ ਕਿਹਦੇ ਬਰਾਬਰ ਆਈ ਸੀ ਬੇਟਾ, ਮਾਈਨਸ ਇੰਟੂ ਸਮਾਲ ਈ ਇੰਟੂ ਕੈਪੀਟਲ ਈ ਬਾਈ ਐਮ। ਐਕਸੀਲਰੇਸ਼ਨ ਇੱਥੋਂ ਡੈਫੀਨੇਸ਼ਨ ਤੋਂ ਲਿਖਾਂਗੇ ਵੀ ਡੀ ਅਪੋਨ ਟੋ ਫਰੋਮ ਇਕੁਏਸ਼ਨ 3 and 4, ਫਰੋਮ ਇਕੁਏਸ਼ਨ 3 and 4 ਬੇਟਾ। VD minus tau, VD is the drift velocity, tau is mean relaxation time, ke the equal aya, minus into small e into capital E divided by m. Third te fourth equation nu jadon assi equate kita ta sanu eh pata lagga from equation 3 and 4 VD upon tau ke de barabar minus into small e into capital E, e de upar beta vector pa rahe ha, theek hai, upon m. So beta a tau idhar divide ho rahe, udhar jaake multiply. So drift velocity VD ke de barabar aayi, drift velocity VD ke de barabar aayi minus into E into tau into capital E divided by m. theek hai na, is formula nu vi bracket de vich rakho, drift velocity de is formula nu vi, where E is charge on an electron, charge on an electron, कैपिटल ई की चीज है बेटा इलेक्ट्रिक फील्ड, इलेक्ट्रिक फील्ड, टॉयज मीन रिलैक्सेशन टाइम, मीन रिलैक्सेशन टाइम, एंड एम इज मास ऑफ इलेक्ट्रॉन, मास ऑफ इलेक्ट्रॉन। इस रिलेशन च तुहानू हर एक टर्म दसी है कि बराबर मास ऑफ इलेक्ट्रॉन। सो ड्रिफ्ट वेलोसिटी का यह फॉर्मूला भी याद रहे। नैगेटिव साइन की शो कर रहा, negative sign shows drift velocity is in the kedi beta electrons, drift velocity of electrons, kyunki agge jaake holes vi padne semiconductors, drift velocity of electron is in the opposite direction, opposite direction of electric field, electric field. ਜਿਸ ਡਾਇਰੈਕਸ਼ਨ ਚ ਇਲੈਕਟ੍ਰਿਕ ਫੀਲਡ ਆ, ਇਲੈਕਟ੍ਰੋਨ ਦੀ ਡ੍ਰਿਫਟ ਵੈਲੋਸਿਟੀ ਦੀ ਡਾਇਰੈਕਸ਼ਨ ਉਸ ਤੋਂ ਆਪੋਜ਼ਿਟ ਆ, ਠੀਕ ਹੈ। ਸੋ ਡ੍ਰਿਫਟ ਵੈਲੋਸਿਟੀ ਦਾ ਬੇਟਾ ਇਹ ਫਾਰਮੂਲਾ ਯਾਦ ਰਵੇ, VD ਇਜ਼ ਇਕੁਅਲ ਟੂ ਮਾਈਨਸ EE ਟੌ ਅਪੋਨ m, ਡ੍ਰਿਫਟ ਵੈਲੋਸਿਟੀ। ਅੱਛਾ, ਸਿਰਫ ਮੈਗਨੀਟਿਊਡ ਚ, ਓਨਲੀ ਮੈਗਨੀਟਿਊਡ, ਕੱਲਾ ਮੈਗਨੀਟਿਊਡ ਅਗਰ ਡ੍ਰਿਫਟ ਵੈਲੋਸਿਟੀ ਦਾ ਲਿਖਣਾ ਹੋਵੇ। ਹੁਣ ਬੇਟਾ ਇਸ ਡ੍ਰਿਫਟ ਵੈਲੋਸਿਟੀ ਦੇ ਮੈਗਨੀਟਿਊਡ ਨੂੰ ਕੀ ਕਹਿ ਲਾਂਗੇ, ਡ੍ਰਿਫਟ ਸਪੀਡ ਵੀ ਕਹਿ ਸਕਦੇ ਹਾਂ, ਡ੍ਰਿਫਟ ਸਪੀਡ, ਓਨਲੀ ਮੈਗਨੀਟਿਊਡ। ਇਸ ਡ੍ਰਿਫਟ ਵੈਲੋਸਿਟੀ ਦਾ ਸਿਰਫ ਔਰ ਸਿਰਫ ਮੈਗਨੀਟਿਊਡ ਲਿਖਣਾ ਹੋਵੇ, ਕੀ ਲਿਖਾਂਗੇ, VD ਇਜ਼ ਇਕੁਅਲਸ ਟੂ E ਇੰਟੂ ਕੈਪੀਟਲ E ਇੰਟੂ ਟੌ ਅਪੋਨ m। ਯਾਦ ਰੱਖੋ ਬੇਟਾ ਕੱਲਾ ਮੈਗਨੀਟਿਊਡ। ਆਲਸੋ ਬੇਟਾ ਸਾਨੂੰ ਇੱਕ ਰਿਲੇਸ਼ਨ ਵੀ ਪਤਾ ਵਾ ਇਲੈਕਟ੍ਰਿਕ ਫੀਲਡ ਤੇ ਪੋਟੈਂਸ਼ੀਅਲ ਚ। ਬੇਟਾ ਇਹ VD ਡ੍ਰਿਫਟ ਵੈਲੋਸਿਟੀ ਆ, ਇਹ VD ਕੀ ਚੀਜ਼ ਆ, ਡ੍ਰਿਫਟ ਵੈਲੋਸਿਟੀ ਜਿਹਦੀ ਡੈਫੀਨੇਸ਼ਨ ਦਿੱਤੀ ਸੀ। ਆਲਸੋ ਜਿਹੜਾ ਪੋਟੈਂਸ਼ੀਅਲ ਡਿਫਰੈਂਸ V ਆ, ਇਹਦੇ ਇਕੁਅਲ ਆ, ਅਸੀਂ ਲਿਖਿਆ ਸੀ ਨਾ E ਇਜ਼ ਇਕੁਅਲਸ ਟੂ V ਅਪੋਨ L, E ਇਜ਼ ਇਕੁਅਲਸ ਟੂ V ਅਪੋਨ L। ਤਾਂ ਬੇਟਾ ਮੈਂ ਇਸ E ਦੀ ਜਗ੍ਹਾ ਤੇ ਇੱਥੇ ਇਕੁਏਸ਼ਨ ਚ E ਦੀ ਜਗ੍ਹਾ ਤੇ ਸਬਸਟੀਟਿਊਟ ਕਰ ਸਕਦਾ V ਅਪੋਨ L, ਯੈਸ। E ਅਗਰ V ਅਪੋਨ L ਦੇ ਬਰਾਬਰ ਆ, ਮੈਗਨੀਟਿਊਡ ਦੀ ਗੱਲ ਕਰ ਰਿਹਾ, ਠੀਕ ਹੈ। ਸੋ ਡ੍ਰਿਫਟ ਵੈਲੋਸਿਟੀ VD ਦਾ ਫਾਰਮੂਲਾ ਇਨ ਟਰਮਸ ਆਫ ਪੋਟੈਂਸ਼ੀਅਲ ਡਿਫਰੈਂਸ, ਇੱਥੇ ਈ ਇਲੈਕਟ੍ਰਿਕ ਫੀਲਡ ਆ, ਹੁਣ ਇੱਥੇ ਇਨ ਟਰਮਸ ਆਫ ਪੋਟੈਂਸ਼ੀਅਲ ਡਿਫਰੈਂਸ ਫਾਰਮੂਲਾ ਲਿਖਣ ਲੱਗਾ, ਈ ਵੀ ਟੋ ਅਪੋਨ ਐਮ ਐਲ। ਬੇਟਾ ਕੀ ਕੀਤਾ, ਬਸ ਇਸ ਈ ਦੀ ਜਗ੍ਹਾ ਤੇ ਪੁੱਟ ਕਰ ਦਿੱਤਾ ਵੀ ਅਪੋਨ ਐਲ, ਇਸ ਈ ਦੀ ਜਗ੍ਹਾ ਤੇ ਪੁੱਟ ਕਰ ਦਿੱਤਾ ਵੀ ਅਪੋਨ ਐਲ।
ਡਰਿਫਟ ਵੈਲੋਸਿਟੀ ਦਾ ਫਾਰਮੂਲਾ ਬਣ ਗਿਆ ਈ ਵੀ ਟੋ ਅਪੋਨ ਐਮ ਐਲ, ਈ ਵੀ ਟੋ ਅਪੋਨ ਐਮ ਐਲ, ਠੀਕ ਹੈ ਜੀ। ਔਰ ਮੈਂ ਤੁਹਾਨੂੰ ਬਾਕੀ ਸਾਰੀਆਂ ਟਰਮ ਦਾ ਦੱਸਦਾ, ਇੱਥੇ ਵੀ ਐਲ ਕੀ ਹੈ ਲੈਂਥ ਆਫ ਦੀ ਕੰਡਕਟਰ, ਹੁਣ ਐਲ ਕੀ ਹੈ ਲੈਂਥ ਆਫ ਦੀ ਕੰਡਕਟਰ, ਲੈਂਥ ਆਫ ਕੰਡਕਟਰ ਜਿਹੜੀ ਅਸੀਂ ਕਾਪਰ ਦੀ ਵਾਇਰ ਮੰਨੀ ਨਾ ਪੁੱਤਰ, ਉਹਦੀ ਲੈਂਥ। ਐਂਡ ਵੀ ਕੀ ਚੀਜ਼ ਆ ਬੇਟਾ, ਪੋਟੈਂਸ਼ੀਅਲ ਡਿਫਰੈਂਸ, ਜਿਹੜਾ ਅਸੀਂ ਉਸ ਕੰਡਕਟਰ ਦੇ ਅਕਰੋਸ ਪੋਟੈਂਸ਼ੀਅਲ ਡਿਫਰੈਂਸ ਅਪਲਾਈ ਕੀਤਾ। ਹੁਣ ਤੁਹਾਡੇ ਕੋਲ ਡ੍ਰਿਫਟ ਵੈਲੋਸਿਟੀ ਦੇ ਫਾਰਮੂਲੇ ਦੋ ਮਿਲ ਗਏ ਆ, ਔਰ ਇਹ ਦੋਨੋਂ ਯਾਦ ਰਹਿਣ ਮੇਰੇ ਪੁੱਤਰਾਂ ਨੂੰ। ਡ੍ਰਿਫਟ ਵੈਲੋਸਿਟੀ ਦੇ ਦੋ ਫਾਰਮੂਲੇ ਮਿਲ ਗਏ ਆ, ਇੱਕ ਮਿਲਿਆ ਵਾ ਈ ਇੰਟੂ ਕੈਪੀਟਲ ਈ ਇੰਟੂ ਟੋ ਅਪੋਨ ਐਮ ਇਨ ਟਰਮਸ ਆਫ ਇਲੈਕਟ੍ਰਿਕ ਫੀਲਡ ਬੇਟਾ, ਇੱਕ ਮਿਲਿਆ ਵਾ ਬੇਟਾ ਇਨ ਟਰਮਸ ਆਫ ਪੋਟੈਂਸ਼ੀਅਲ ਡਿਫਰੈਂਸ, ਵੀ ਡੀ ਇਜ਼ ਇਕੁਅਲਸ ਟੂ ਈ ਵੀ ਟੋ ਅਪੋਨ ਐਮ ਐਲ, ਈ ਵੀ ਟੋ ਅਪੋਨ ਐਮ ਐਲ। ਹੁਣ ਇਸ ਰਿਲੇਸ਼ਨ ਤੋਂ ਸਾਫ ਪਤਾ ਲੱਗ ਰਿਹਾ ਬੇਟਾ ਕਿ ਜਿਹੜੀ ਡ੍ਰਿਫਟ ਵੈਲੋਸਿਟੀ ਆ ਉਹ ਡਾਇਰੈਕਟਲੀ ਪ੍ਰਪੋਰਸ਼ਨਲ ਆ ਕੈਪੀਟਲ ਵੀ ਦੇ। ਵਟ ਇਜ਼ ਕੈਪੀਟਲ ਵੀ, ਬਾਰ ਬਾਰ ਬੋਲ ਰਿਹਾ, ਇਹ ਕੀ ਚੀਜ਼ ਆ ਸਾਡਾ ਪੋਟੈਂਸ਼ੀਅਲ ਡਿਫਰੈਂਸ। ਇਹਦਾ ਮਤਲਬ ਅਗਰ ਪੋਟੈਂਸ਼ੀਅਲ ਡਿਫਰੈਂਸ ਨੂੰ ਇਨਕਰੀਜ਼ ਕਰੂੰਗੇ, ਅਗਰ ਪੋਟੈਂਸ਼ੀਅਲ ਡਿਫਰੈਂਸ ਨੂੰ ਇਨਕਰੀਜ਼ ਕਰੂੰਗੇ ਡ੍ਰਿਫਟ ਵੈਲੋਸਿਟੀ ਇਨਕਰੀਜ਼ ਹੋਏਗੀ, ਅਗਰ ਪੋਟੈਂਸ਼ੀਅਲ ਡਿਫਰੈਂਸ ਨੂੰ ਡਿਕਰੀਜ਼ ਕਰੂੰਗੇ ਡ੍ਰਿਫਟ ਵੈਲੋਸਿਟੀ ਡਿਕਰੀਜ਼ ਹੋਏਗੀ। ਇਹ ਗੱਲ ਯਾਦ ਰਵੇ, ਮਤਲਬ ਮੈਂ ਕਹਾਂ ਇਫ ਵੀ ਇਜ਼ ਡਬਲਡ, ਇਫ ਵੀ ਇਜ਼ ਡਬਲਡ ਬੇਟਾ, ਅਗਰ ਪੋਟੈਂਸ਼ੀਅਲ ਡਿਫਰੈਂਸ ਨੂੰ ਡਬਲ ਕਰ ਦਿੱਤਾ ਦੈਨ ਡ੍ਰਿਫਟ ਵੈਲੋਸਿਟੀ ਆਲਸੋ ਡਬਲਡ, ਦੈਨ ਡ੍ਰਿਫਟ ਵੈਲੋਸਿਟੀ ਆਲਸੋ ਡਬਲਡ, ਕੀਪਿੰਗ ਅਦਰ ਪੈਰਾਮੀਟਰਸ ਕੋਂਸਟੈਂਟ। ਬਾਕੀ ਚੀਜ਼ਾਂ ਅਗਰ ਕੋਂਸਟੈਂਟ ਰੱਖ ਲਈਏ, ਲੈਂਥ ਨੂੰ ਨਾ ਬਦਲਾਂ, ਮਾਸ ਆਫ ਇਲੈਕਟ੍ਰੋਨ ਵੈਸੇ ਹੀ ਕੋਂਸਟੈਂਟ ਆ ਬੇਟਾ, ਚਾਰਜ ਔਨ ਐਨ ਇਲੈਕਟ੍ਰੋਨ ਵੈਸੇ ਹੀ ਕੋਂਸਟੈਂਟ ਆ, ਟੋਰ ਰਿਲੈਕਸੇਸ਼ਨ ਟਾਈਮ ਬੇਟਾ ਇਹ ਟੈਂਪਰੇਚਰ ਡਿਪੈਂਡੈਂਟ ਹੁੰਦਾ, ਇਹ ਜਿਹੜਾ ਟੋਰ ਰਿਲੈਕਸੇਸ਼ਨ ਟਾਈਮ ਆ ਇਹ ਟੈਂਪਰੇਚਰ ਡਿਪੈਂਡੈਂਟ ਆ, ਔਰ ਅਗਰ ਟੈਂਪਰੇਚਰ ਵੀ ਨਹੀਂ ਚੇਂਜ ਹੋਊਗਾ ਤਾਂ ਟੋਰ ਵੀ ਨਹੀਂ ਚੇਂਜ ਹੋ ਰਿਹਾ। ਇਹਦਾ ਮਤਲਬ ਸਿਰਫ ਔਰ ਸਿਰਫ ਅਗਰ ਵੀ ਚੇਂਜ ਹੋ ਰਿਹਾ ਵਾ, ਵੀ ਨੂੰ ਡਬਲ ਕਰ ਦੇਵਾਂ, ਦੈਨ ਡ੍ਰਿਫਟ ਵੈਲੋਸਿਟੀ ਆਲਸੋ ਬਿਕਮਸ ਡਬਲਡ, ਆਲਸੋ ਬਿਕਮਸ ਡਬਲਡ, ਠੀਕ ਹੈ। ਇਹ ਗੱਲ ਯਾਦ ਰਵੇ ਮੇਰੇ ਬੱਚਿਆਂ ਨੂੰ, ਇਫ ਵੀ ਇਜ਼ ਡਬਲਡ ਦੈਨ ਡ੍ਰਿਫਟ ਵੈਲੋਸਿਟੀ ਆਲਸੋ ਬਿਕਮਸ ਡਬਲਡ, ਕੀਪਿੰਗ ਅਦਰ ਪੈਰਾਮੀਟਰਸ ਕੋਂਸਟੈਂਟ, ਕੀਪਿੰਗ ਅਦਰ ਪੈਰਾਮੀਟਰਸ ਕੋਂਸਟੈਂਟ, ਤਾਂ ਬੋਲ ਰਿਹਾ ਇਹ ਗੱਲ, ਠੀਕ ਹੈ। ਕੀਪਿੰਗ ਅਦਰ ਪੈਰਾਮੀਟਰਸ ਕੋਂਸਟੈਂਟ, ਬਾਕੀ ਪੈਰਾਮੀਟਰ ਨਹੀਂ ਛੇੜਨੇ, ਹੈ ਨਾ। ਅੱਛਾ, ਆਲਸੋ ਜਿਹੜੀ ਡ੍ਰਿਫਟ ਵੈਲੋਸਿਟੀ ਆ ਉਹ ਇਨਵਰਸਲੀ ਪ੍ਰਪੋਰਸ਼ਨਲ ਆ ਐਲ ਦੇ, ਜਿਹੜੀ ਡ੍ਰਿਫਟ ਵੈਲੋਸਿਟੀ ਆ ਇਨਵਰਸਲੀ ਪ੍ਰਪੋਰਸ਼ਨਲ ਆ ਐਲ ਦੇ। ਐਲ ਕੀ ਚੀਜ਼ ਸੀਗੀ? ਲੈਂਥ ਆਫ ਦੀ ਕੰਡਕਟਰ। ਇਹਦਾ ਮਤਲਬ ਜੇ ਕੰਡਕਟਰ ਦੀ ਲੈਂਥ, ਜੇ ਕੰਡਕਟਰ ਦੀ ਲੈਂਥ ਘੱਟ ਵਾ ਤਾਂ ਉਹਦੇ ਅੰਦਰ ਜਿਹੜੀ ਅਸੀਂ ਇਲੈਕਟ੍ਰੋਨ ਦੀ ਡ੍ਰਿਫਟ ਵੈਲੋਸਿਟੀ, ਬਾਕੀ ਚੀਜ਼ਾਂ ਸੇਮ ਰੱਖਣੀਆਂ, ਪੋਟੈਂਸ਼ੀਅਲ ਡਿਫਰੈਂਸ ਵਗੈਰਾ ਸੇਮ ਰੱਖਣਾ, ਕੰਡਕਟਰ ਦੀ ਸਿਰਫ ਲੈਂਥ ਘਟਾ ਦਿੱਤੀ ਆ, ਲੈਂਥ ਘਟਾ ਦੇਵਾਂਗੇ ਤਾਂ ਡ੍ਰਿਫਟ ਵੈਲੋਸਿਟੀ ਬੇਟਾ ਇਨਕਰੀਜ਼ ਹੋ ਜੂਗੀ, ਅਗਰ ਕੰਡਕਟਰ ਦੀ ਲੈਂਥ ਘੱਟ ਆ, ਬਾਕੀ ਸਾਰੀਆਂ ਚੀਜ਼ਾਂ ਸੇਮ ਰੱਖਣੀਆਂ, ਠੀਕ ਹੈ। ਟੋ ਸੇਮ ਰੱਖਣਾ ਔਰ ਪੋਟੈਂਸ਼ੀਅਲ ਡਿਫਰੈਂਸ ਸੇਮ ਰੱਖਣਾ, ਉਹੀ ਪੋਟੈਂਸ਼ੀਅਲ ਡਿਫਰੈਂਸ ਕਾਪਰ ਦੇ ਅਕਰੋਸ ਹੀ ਛੋਟੀ ਲੈਂਥ, ਕਾਪਰ ਦੇ ਕੰਡਕਟਰ ਦੇ ਅਕਰੋਸ ਛੋਟੀ ਲੈਂਥ ਹੋਵੇ, ਕੋਈ ਸਾਨੂੰ ਕੰਡਕਟਰ ਮਿਲ ਗਿਆ ਅਪਲਾਈ ਕਰ ਦਈਏ, ਲੈਂਥ ਛੋਟੀ ਹੋ ਗਈ ਡ੍ਰਿਫਟ ਵੈਲੋਸਿਟੀ ਇਨਕਰੀਜ਼ ਹੋ ਜਾਣੀ ਆ, ਠੀਕ ਹੈ। ਇਹ ਗੱਲਾਂ ਯਾਦ ਰਹਿਣ ਜਦੋਂ ਪੁੱਛੀਆਂ ਜਾਣੀਆਂ ਟੈਸਟਾਂ ਦੇ ਵਿੱਚ, ਬੱਚੇ ਬਹੁਤ ਗਲਤ ਕਰਦੇ ਆ। ਸੋ ਔਰ ਅਗਰ ਲੈਂਥ ਜ਼ਿਆਦਾ ਵਾ, ਉਹੀ ਏਰੀਆ ਕ੍ਰੋਸ ਸੈਕਸ਼ਨ ਉਨਾ ਹੀ ਲੈਂਥ ਵੱਧ ਗਈ ਆ, ਅਗਰ ਲੈਂਥ ਵਧਾ ਦਊਂਗੇ ਤਾਂ ਡ੍ਰਿਫਟ ਵੈਲੋਸਿਟੀ ਬੇਟਾ ਘੱਟ ਜਾਏਗੀ, ਡ੍ਰਿਫਟ ਵੈਲੋਸਿਟੀ ਘੱਟ ਜਾਏਗੀ, ਠੀਕ ਹੈ। ਸੋ ਇਹ ਮੇਰੇ ਬੱਚੇ ਦੋਨੋਂ ਗੱਲਾਂ ਯਾਦ ਰੱਖਣ ਕਿ ਅਗਰ
ਟੋ ਟੈਂਪਰੇਚਰ ਨਹੀਂ ਚੇਂਜ ਹੋਇਆ, ਜਦ ਤੱਕ ਟੈਂਪਰੇਚਰ ਨਹੀਂ ਚੇਂਜ ਹੋ ਰਿਹਾ ਤਾਂ ਟੋ ਨਹੀਂ ਚੇਂਜ ਹੋਏਗਾ, ਇਹ ਰਿਲੈਕਸੇਸ਼ਨ ਟਾਈਮ ਸਿਰਫ ਔਰ ਸਿਰਫ ਟੈਂਪਰੇਚਰ ਡਿਪੈਂਡੈਂਟ ਆ। ਸੋ ਵੀ ਚੇਂਜ ਹੋਏਗਾ, ਡ੍ਰਿਫਟ ਵੈਲੋਸਿਟੀ ਚੇਂਜ, ਐਲ ਚੇਂਜ ਹੋਏਗੀ, ਡ੍ਰਿਫਟ ਵੈਲੋਸਿਟੀ ਚੇਂਜ, ਕੀਪਿੰਗ ਅਦਰ ਪੈਰਾਮੀਟਰ ਕਾਂਸਟੈਂਟ। ਕਲੈਰਿਟੀ ਬੇਟਾ। ਸੋ ਇਹ ਸੀ ਡ੍ਰਿਫਟ ਵੈਲੋਸਿਟੀ ਦੀਆਂ ਗੱਲਾਂ ਜਿਹੜੀਆਂ ਤੁਹਾਨੂੰ ਪਤਾ ਹੋਣੀਆਂ ਬਹੁਤ ਜ਼ਰੂਰੀ ਸੀ। ਔਰ ਡ੍ਰਿਫਟ ਵੈਲੋਸਿਟੀ ਹਮੇਸ਼ਾ ਕਿੱਧਰ ਨੂੰ ਹੋਏਗੀ? ਇਨ ਦੀ ਓਪੋਜ਼ਿਟ ਡਾਇਰੈਕਸ਼ਨ ਆਫ ਇਲੈਕਟ੍ਰਿਕ ਫੀਲਡ, ਇਲੈਕਟ੍ਰੋਨਸ ਦੀ ਡ੍ਰਿਫਟ ਵੈਲੋਸਿਟੀ ਬੇਟਾ, ਇਲੈਕਟ੍ਰੋਨਸ ਦੀ ਡ੍ਰਿਫਟ ਵੈਲੋਸਿਟੀ ਹਮੇਸ਼ਾ ਓਪੋਜ਼ਿਟ ਟੂ ਦੀ ਇਲੈਕਟ੍ਰਿਕ ਫੀਲਡ ਹੋਏਗੀ। ਅੱਛਾ, ਹੁਣ ਇੱਕ ਇਸ ਤੋਂ ਬਾਅਦ ਬੜਾ ਇੰਪੋਰਟੈਂਟ, ਅੱਛਾ ਰਿਲੈਕਸੇਸ਼ਨ ਟਾਈਮ ਦੀ ਪਹਿਲਾਂ ਤੁਹਾਨੂੰ ਡੈਫੀਨੇਸ਼ਨ ਦੇ ਦੇਵਾਂ। ਰਿਲੈਕਸੇਸ਼ਨ ਟਾਈਮ ਦੀ ਡੈਫੀਨੇਸ਼ਨ ਟੈਸਟਾਂ ਦੇ ਵਿੱਚ ਵੀ ਪੁੱਛੀ ਦੀ ਆ, ਔਰ ਬੱਚਾ ਉਦੋਂ ਨਹੀਂ ਲਿਖਦਾ ਸਹੀ ਤਰੀਕੇ। ਰਿਲੈਕਸੇਸ਼ਨ ਟਾਈਮ, ਰਿਲੈਕਸੇਸ਼ਨ ਟਾਈਮ ਹੈ ਕੀ ਆ ਬੇਟਾ? ਕਿਸੇ ਵੀ ਦੋ ਕੋਲੀਜ਼ਨ 'ਚ ਜਿਹੜਾ ਟਾਈਮ ਲੱਗ ਰਿਹਾ, ਦਾ ਟਾਈਮ ਇੰਟਰਵਲ ਬਟਵੀਨ ਟੂ ਸਕਸੈਸਿਵ ਕੋਲੀਜ਼ਨਸ ਆਫ ਬੇਟਾ ਕੌਣ ਰਹੇ ਨੇ? ਇਲੈਕਟ੍ਰੋਨਸ ਘੁੰਮ ਰਹੇ ਨੇ, ਕਿਹਨਾਂ ਨਾਲ ਟਕਰਾਣਗੇ? ਆਇਨਸ ਨਾਲ ਟਕਰਾਣਗੇ ਜਾਂ ਆਪਸ 'ਚ ਟਕਰਾਣਗੇ? ਦ ਟਾਈਮ ਇੰਟਰਵਲ ਬਿਟਵੀਨ ਟੂ ਸਕਸੈਸਿਵ ਕੋਲੀਜ਼ਨਸ ਆਫ ਇਲੈਕਟ੍ਰੋਨਸ ਐਂਡ ਆਇਨਸ ਆਫ ਲੈਟਿਸ ਇਜ ਕਾਲਡ ਰਿਲੈਕਸੇਸ਼ਨ ਟਾਈਮ, ਇਜ ਕਾਲਡ ਰਿਲੈਕਸੇਸ਼ਨ ਟਾਈਮ। ਠੀਕ ਹੈ, ਯਾਦ ਰੱਖਣੀ ਹੈ ਡੈਫੀਨੇਸ਼ਨ। ਦ ਟਾਈਮ ਇੰਟਰਵਲ ਬਿਟਵੀਨ ਟੂ ਸਕਸੈਸਿਵ ਕੋਲੀਜ਼ਨਸ ਆਫ ਇਲੈਕਟ੍ਰੋਨਸ ਐਂਡ ਆਇਨਸ ਆਫ ਦੀ ਲੈਟਿਸ ਸਟਰਕਚਰ ਇਜ ਕਾਲਡ ਰਿਲੈਕਸੇਸ਼ਨ ਟਾਈਮ, ਇਜ ਕਾਲਡ ਰਿਲੈਕਸੇਸ਼ਨ ਟਾਈਮ। ਔਰ ਬੇਟਾ ਇਹ ਜਿਹੜਾ ਰਿਲੈਕਸੇਸ਼ਨ ਟਾਈਮ ਆ, ਇਹ ਜਿਹੜਾ ਰਿਲੈਕਸੇਸ਼ਨ ਟਾਈਮ ਆ, ਉਹਨੂੰ ਅਸੀਂ ਇੱਦਾਂ ਵੀ ਲਿਖੀਦਾ, ਟੋ ਨੂੰ ਲੈਮਡਾ ਡਿਵਾਈਡਡ ਬਾਈ ਵੀ ਆਰ ਐਮ ਐਸ, ਲੈਮਡਾ ਡਿਵਾਈਡਡ ਬਾਈ ਵੀ ਆਰ ਐਮ ਐਸ। ਠੀਕ ਹੈ, ਫਾਰਮੂਲਾ ਵਾ, ਇਸ ਫਾਰਮੂਲੇ ਦੇ ਉੱਤੇ ਨਹੀਂ ਜਾਣਾ, ਮੈਂ ਇੱਥੇ ਇੱਕ ਗੱਲ ਸਮਝਾਉਣਾ ਚਾਹੁੰਦਾ ਸਿੰਪਲੀ। ਕਿਉਂ ਕਿਹਾ ਸੀਗਾ ਕਿ ਰਿਲੈਕਸੇਸ਼ਨ ਟਾਈਮ ਜਿਹੜਾ ਟੋ ਦੀ ਵੈਲਿਊ ਚੇਂਜ ਹੋਊਗੀ ਅਗਰ ਟੈਂਪਰੇਚਰ ਚੇਂਜ ਹੋ ਗਿਆ? ਬੇਟਾ ਜਦੋਂ ਟੈਂਪਰੇਚਰ ਇਨਕਰੀਜ਼ ਹੁੰਦਾ ਨਾ, ਤਾਂ ਜਿਹੜੀ ਇਹ ਆਰ ਐਮ ਐਸ ਸਪੀਡ ਹੈ ਵੱਧ ਜਾਂਦੀ ਆ। ਜਦੋਂ ਕਿਹਨਾਂ ਦੀ ਆਰ ਐਮ ਐਸ ਸਪੀਡ ਆ? ਇਲੈਕਟ੍ਰੋਨਸ ਦੀ। ਇਲੈਕਟ੍ਰੋਨਸ ਤੇਜ਼ ਦੌੜਨੇ ਸ਼ੁਰੂ ਹੋ ਜਾਂਦੇ ਆ ਅਗਰ ਟੈਂਪਰੇਚਰ ਵੱਧ ਜਾਵੇ। ਅਗਰ ਟੈਂਪਰੇਚਰ ਵੱਧ ਜਾਵੇ ਬੇਟਾ, ਤੇ ਇਹ ਵੀ ਆਰ ਐਮ ਐਸ ਜਿਹੜਾ ਮੈਂ ਨੀਚੇ ਲਿਖਿਆ ਨਾ, ਇਹ ਡਿਕਰੀਜ਼ ਹੋ ਜਾਂਦਾ। ਇੰਨੀ ਗੱਲ ਯਾਦ ਰੱਖਣੀ, ਫਾਰਮੂਲਾ ਯਾਦ ਰਵੇ ਨਾ ਰਵੇ, ਟੈਂਪਰੇਚਰ ਦੇ ਇਨਕਰੀਜ਼ ਹੋਣ ਨਾਲ ਆਰ ਐਮ ਐਸ ਵੈਲੋਸਿਟੀ ਇਲੈਕਟ੍ਰੋਨਸ ਦੀ, ਆਰ ਐਮ ਐਸ ਸਪੀਡ ਇਲੈਕਟ੍ਰੋਨਸ ਦੀ ਜਿਹੜੀ ਆ, ਸੋਰੀ ਬੇਟਾ, ਇਨਕਰੀਜ਼, ਟੈਂਪਰੇਚਰ ਇਨਕਰੀਜ਼, ਆਰ ਐਮ ਐਸ ਸਪੀਡ ਇਨਕਰੀਜ਼, ਟੈਂਪਰੇਚਰ ਇਨਕਰੀਜ਼, ਆਰ ਐਮ ਐਸ ਸਪੀਡ ਇਨਕਰੀਜ਼, ਸਪੀਡ ਇਨਕਰੀਜ਼ ਹੋ ਜਾਂਦੀ ਆ। ਹੁਣ ਬੇਟਾ ਅਗਰ ਸਪੀਡ ਇਨਕਰੀਜ਼ ਹੋ ਗਈ ਆ, ਰੂਟ ਮੀਨਸ ਕੇ ਵੈਲੋਸਿਟੀ ਕਵਾਂ, ਰੂਟ ਮੀਨਸ ਕੇ ਸਪੀਡ ਕਵਾਂ, ਅਗਰ ਉਹ ਇਨਕਰੀਜ਼ ਹੋ ਚੁੱਕੀ ਆ, ਦੈਨ ਰਿਲੈਕਸੇਸ਼ਨ ਟਾਈਮ ਤੇ ਕੀ ਇਫੈਕਟ ਪਊਗਾ? ਰਿਲੈਕਸੇਸ਼ਨ ਟਾਈਮ ਜਿਹੜਾ ਵਾ ਉਹ ਡਿਕਰੀਜ਼ ਹੋ ਜਾਂਦਾ। ਸੋ ਸਿੰਪਲ ਜੀ ਤੁਸੀਂ ਇੱਕ ਗੱਲ ਯਾਦ ਰੱਖਣੀ ਆ ਕਿ ਟੈਂਪਰੇਚਰ ਦੇ ਇਨਕਰੀਜ਼ ਹੋਣ ਨਾਲ ਜਿਹੜਾ ਸਾਡਾ ਰਿਲੈਕਸੇਸ਼ਨ ਟਾਈਮ ਆ, ਕਿਸੇ ਦੋ ਸਕਸੈਸਿਵ ਕੋਲੀਜ਼ਨ 'ਚ ਜਿਹੜਾ ਟਾਈਮ ਲੱਗ ਰਿਹਾ ਉਹ ਘਟੇਗਾ। ਇਹ ਗੱਲ ਦਿਮਾਗ 'ਚ ਬਿਠਾ ਲਓ ਕਿ ਟੈਂਪਰੇਚਰ ਦੇ ਇਨਕਰੀਜ਼ ਕਰਨ ਨਾਲ ਕਿਸੇ ਦੋ ਸਕਸੈਸਿਵ ਕੋਲੀਜ਼ਨ 'ਚ ਇਲੈਕਟ੍ਰੋਨ ਆਇਨਸ ਨਾਲ ਜਿਹੜਾ ਟਕਰਾ ਰਿਹਾ ਵਾ, ਉਹਦੇ ਵਿੱਚ ਜਿਹੜਾ ਟਾਈਮ ਲੱਗ ਰਿਹਾ ਵਾ ਉਹ ਘਟੇਗਾ। ਇੰਨੀ ਗੱਲ ਯਾਦ ਰੱਖਣੀ ਹੈ, ਠੀਕ ਹੈ? ਪਰ ਇਹ ਕਦੋਂ? ਜਦੋਂ ਟੈਂਪਰੇਚਰ ਚੇਂਜ ਹੋਏਗਾ। ਲੇਕਿਨ ਅਗਰ ਟੈਂਪਰੇਚਰ ਚੇਂਜ ਨਹੀਂ ਹੋ ਰਿਹਾ, ਫਿਰ ਟੋ ਚੇਂਜ ਨਹੀਂ ਹੋਏਗਾ। ਟੋ ਨੇ ਸਿਰਫ ਔਰ ਸਿਰਫ ਕਦੋਂ ਚੇਂਜ ਹੋਣਾ? ਜਦੋਂ ਬੇਟਾ ਟੈਂਪਰੇਚਰ ਚੇਂਜ ਹੋਏਗਾ। ਇਹ ਰਿਲੈਕਸੇਸ਼ਨ ਟਾਈਮ ਦੀ ਡੈਫੀਨੇਸ਼ਨ, ਤੇ ਜਿਹੜੀ ਗੱਲ ਤੁਹਾਨੂੰ ਮੇਨ ਯਾਦ ਰਹਿਣੀ ਚਾਹੀਦੀ ਸੀ ਉਹ ਆ।
ਠੀਕ ਹੈ। ਅੱਛਾ ਹੁਣ ਅਗਲਾ ਬਹੁਤ ਇੰਪੋਰਟੈਂਟ ਆਰਟੀਕਲ, ਰਿਲੇਸ਼ਨ ਬਿਟਵੀਨ ਕਰੰਟ ਐਂਡ ਡ੍ਰਿਫਟ ਵੈਲੋਸਿਟੀ। ਬੇਟਾ ਬਹੁਤ ਇੰਪੋਰਟੈਂਟ ਹੈ, ਇੱਦਾਂ ਕਦੀ ਨਹੀਂ ਹੋਇਆ ਕਿ ਨਾ ਆਇਆ ਹੋਵੇ ਪੇਪਰਾਂ 'ਚ, ਫਾਈਨਲ ਐਗਜ਼ਾਮ 'ਚ ਨਾ ਆਵੇ ਰਿਲੇਸ਼ਨ ਕਦੀ ਪੋਸੀਬਲ ਨਹੀਂ ਆ। ਜਾਂ ਇਹ ਆਏਗਾ ਰਿਲੇਸ਼ਨ ਪੁੱਛਣਗੇ ਜਾਂ ਡਿਡਕਸ਼ਨ ਪੁੱਛਣਗੇ, ਦੋਨੋਂ ਚੀਜ਼ਾਂ ਜਿਹੜੀ ਮਰਜ਼ੀ ਪੁੱਛਣੇ ਬਹੁਤ ਰਿਜ਼ਲਟ। ਅੱਜ ਦਾ ਆਰਟੀਕਲ ਬਹੁਤ ਇੰਪੋਰਟੈਂਟ ਆ, ਇੰਨੀ ਗੱਲ ਮੰਨ ਕੇ ਚੱਲੋ, ਔਰ ਇਹ ਸਾਰਾ ਆਰਟੀਕਲ ਧਿਆਨ ਦੇ ਨਾਲ ਸੁਣਨਾ, ਸਮਝਣਾ ਔਰ ਲਿਖ ਕੇ ਦੇਖਣਾ, ਠੀਕ ਹੈ। ਰਿਲੇਸ਼ਨ ਬਿਟਵੀਨ ਕਰੰਟ ਐਂਡ ਡ੍ਰਿਫਟ ਵੈਲੋਸਿਟੀ, ਕਰੰਟ ਐਂਡ ਡ੍ਰਿਫਟ ਵੈਲੋਸਿਟੀ 'ਚ ਰਿਲੇਸ਼ਨ ਹੈ ਇੱਕ ਬਹੁਤ ਪਿਆਰਾ ਜਿਹੜਾ ਤੁਹਾਨੂੰ ਯਾਦ ਰਵੇ, ਓਬਜੈਕਟਿਵ ਦੇ ਕੁਸ਼ਚਨ ਕਰਨ ਲਈ ਰਿਲੇਸ਼ਨ ਯਾਦ ਰਵੇ, ਅਤੇ ਇਹ ਰਿਲੇਸ਼ਨ ਡਰਾਈਵ ਕਿੱਦਾਂ ਹੋਇਆ ਸਬਜੈਕਟਿਵ ਦੇ ਕੁਸ਼ਚਨ ਦੇ ਆਂਸਰ ਦੇਣ ਲਈ ਉਹ ਰਿਲੇਸ਼ਨ ਯਾਦ ਰਵੇ। ਮੰਨ ਲਈਏ ਬੇਟਾ ਮੇਰੇ ਕੋਲ ਇੱਕ ਕੰਡਕਟਰ ਆ, ਮੈਂ ਮੰਨ ਲਿਆ ਮੇਰੇ ਕੋਲ ਇੱਕ ਕੰਡਕਟਰ ਆ, ਉਹੀ ਬੇਟਾ ਕੰਡਕਟਰ ਜਿਹੜਾ ਲੈ ਰਹੇ ਉਹ ਕਾਪਰ ਮੰਨ ਲਿਆ, ਠੀਕ ਹੈ ਜੀ। ਇਹ ਕੰਡਕਟਰ ਮੰਨ ਲਓ ਇੱਕ ਕਾਪਰ ਆ ਜਿਹਦੀ ਲੈਂਥ ਹੈਗੀ ਆ ਬੇਟਾ ਐਲ, ਜਿਹਦੀ ਲੈਂਥ ਹੈਗੀ ਆ ਬੇਟਾ ਐਲ, ਏਰੀਆ ਆਫ ਕ੍ਰੋਸ ਸੈਕਸ਼ਨ ਏ। ਇਸ ਕੰਡਕਟਰ ਦੇ ਅਕ੍ਰੋਸ ਮੈਂ ਬੈਟਰੀ ਕਨੈਕਟ ਕਰਤੀ, ਇਸ ਬੈਟਰੀ ਦਾ ਪੋਟੈਂਸ਼ੀਅਲ ਡਿਫਰੈਂਸ ਹੈਗਾ ਵੀ, ਇਹਦਾ ਮਤਲਬ ਇਹ ਹੋ ਗਿਆ ਹਾਇਰ ਪੋਟੈਂਸ਼ੀਅਲ ਅਤੇ ਇਹ ਹੋ ਗਿਆ ਲੋਅਰ ਪੋਟੈਂਸ਼ੀਅਲ, ਅਤੇ ਬਾਰ ਬਾਰ ਕਹਿ ਰਿਹਾ ਇੱਦਾਂ ਹੀ ਕਹਿਣਾ ਤੁਸੀਂ, ਇਹ ਹਾਇਰ ਪੋਟੈਂਸ਼ੀਅਲ ਅਤੇ ਲੋਅਰ ਪੋਟੈਂਸ਼ੀਅਲ 'ਤੇ, ਠੀਕ ਹੈ। ਹੁਣ ਜਿਹੜੇ ਇਲੈਕਟ੍ਰੋਨਸ ਆ ਉਹ ਕਿੱਧਰ ਜਾਣੇ ਸ਼ੁਰੂ ਹੋ ਗਏ, ਨੈਗੇਟਿਵ ਤੋਂ ਪੋਜ਼ਿਟਿਵ ਵੱਲ ਨੂੰ, ਕਿਸ ਵੈਲੋਸਿਟੀ ਨਾਲ, ਡ੍ਰਿਫਟ ਵੈਲੋਸਿਟੀ ਨਾਲ, ਹੈ ਨਾ। ਇਹ ਗੱਲ ਇੰਨੀ ਕੁ ਦਿਮਾਗ 'ਚ ਉਹੀ ਕਹਾਣੀ ਬਾਰ ਬਾਰ ਚੱਲ ਰਹੀ ਆ, ਬਸ ਸਮਝ ਨਹੀਂ ਆ ਪਿਆਰ ਨਾਲ, ਠੀਕ ਹੈ। ਹੁਣ ਬੇਟਾ ਕਰੰਟ ਅਤੇ ਡ੍ਰਿਫਟ ਵੈਲੋਸਿਟੀ 'ਚ ਰਿਲੇਸ਼ਨ ਡਰਾਈਵ ਕਰਨ ਲੱਗੇ, ਬੜਾ ਸਿੰਪਲ ਜਿਹਾ ਰਿਲੇਸ਼ਨ ਆ, ਧਿਆਨ ਨਾਲ ਸੁਣਨਾ ਸਮਝਣਾ। ਬੇਟਾ ਕਰੰਟ ਪੜਾਇਆ ਕਿ ਕਰੰਟ ਜਿਹੜਾ ਸਾਡਾ ਐਵਰੇਜ ਕਰੰਟ ਆ ਕਿਹਦੇ ਇਕੁਅਲ ਹੁੰਦਾ ਵਾ, ਕਿਊ ਅਪੋਨ ਟੀ, ਕਿੰਨਾ ਚਾਰਜ ਫਲੋ ਹੋ ਰਿਹਾ ਥਰੋ ਦੀ ਕ੍ਰੋਸ ਸੈਕਸ਼ਨ ਕਿੰਨੇ ਟਾਈਮ 'ਚ। ਇੰਨੀ ਗੱਲ ਯਾਦ ਨਾ, ਕਰੰਟ ਕਿਹਦੇ ਇਕੁਅਲ, ਐਵਰੇਜ ਕਰੰਟ ਕਿਊ ਡਿਵਾਈਡਡ ਬਾਈ ਟੀ, ਟੋਟਲ ਚਾਰਜ ਫਲੋਨ ਡਿਵਾਈਡਡ ਬਾਈ ਟੋਟਲ ਟਾਈਮ ਟੇਕਨ। ਬਸ ਇਸ ਕਿਊ ਅਤੇ ਟੀ ਨੂੰ ਸੋਲਵ ਕਰਕੇ ਅਸੀਂ ਇੱਥੇ ਇਸੀ ਇਕੁਏਸ਼ਨ 'ਚ, ਇਸ ਫਸਟ ਇਕੁਏਸ਼ਨ 'ਚ ਪੁੱਟ ਕਰਨਾ ਕਿਊ ਦੀ ਵੈਲਿਊ ਕਿ ਟੋਟਲ ਕਿੰਨਾ ਚਾਰਜ ਫਲੋ ਹੋਇਆ, ਨੀਚੇ ਟਾਈਮ ਦੀ ਵੈਲਿਊ ਸਬਸਟੀਟਿਊਟ ਕਰਨੀ ਆ, ਔਰ ਇਹ ਰਿਲੇਸ਼ਨ ਸਾਨੂੰ ਮਿਲਣਾ ਕਰੰਟ ਅਤੇ ਡ੍ਰਿਫਟ ਵੈਲੋਸਿਟੀ 'ਚ। ਕਰਨ ਦਾ ਤਰੀਕਾ ਵੀ ਬੇਟਾ ਇਹੀ ਆ, ਕਰੰਟ ਦੀ ਵੈਲਿਊ ਲਿਖੀ ਕਿਊ ਬਾਈ ਟੀ, ਚਾਰਜ ਪਤਾ ਕਰੋ, ਟਾਈਮ ਪਤਾ ਕਰੋ, ਇੱਥੇ ਦੋਨੋਂ ਕਿਊ ਦੀ ਜਗ੍ਹਾ 'ਤੇ ਕਿਊ ਦੀ ਵੈਲਿਊ ਸਬਸਟੀਟਿਊਟ ਕਰੋ, ਟਾਈਮ ਦੀ ਜਗ੍ਹਾ 'ਤੇ ਟਾਈਮ ਦੀ ਵੈਲਿਊ ਸਬਸਟੀਟਿਊਟ ਕਰੋ, ਤੁਹਾਡੇ ਕੋਲ ਰਿਲੇਸ਼ਨ ਆ ਜਾਣਾ ਕਰੰਟ ਅਤੇ ਡ੍ਰਿਫਟ ਵੈਲੋਸਿਟੀ 'ਚ। ਸਿੰਪਲ ਜਿਹਾ ਪ੍ਰੋਸੈਸ, ਠੀਕ ਹੈ। ਲੈਟ ਐਨ ਬੀ ਦਾ, ਇਹ ਮੰਨਿਆ ਵਾ ਬੇਟਾ ਕਿ ਐਨ ਕੀ ਚੀਜ਼ ਦਾ, ਸੁਣੋ ਧਿਆਨ ਨਾਲ, ਐਨ ਬੀ ਦਾ ਨੰਬਰ ਡੈਂਸਿਟੀ ਆਫ ਇਲੈਕਟ੍ਰੋਨ, ਨੰਬਰ ਡੈਂਸਿਟੀ ਆਫ ਕਿਹਨਾਂ ਦੀ ਬੇਟਾ, ਇਲੈਕਟ੍ਰੋਨਸ ਦੀ, ਇਨ ਅ ਕੰਡਕਟਰ, ਇਨ ਅ ਕੰਡਕਟਰ। ਐਨ ਕੀ ਚੀਜ਼ ਆ, ਨੰਬਰ ਡੈਂਸਿਟੀ ਇਲੈਕਟ੍ਰੋਨਸ ਦੀ ਇਸ ਕੰਡਕਟਰ ਦੇ ਅੰਦਰ। ਸੋ ਇਹਦਾ ਮਤਲਬ ਬੇਟਾ ਟੋਟਲ ਨੰਬਰ ਆਫ ਇਲੈਕਟ੍ਰੋਨਸ ਕਿੰਨੇ ਲਿਖਾਂ, ਟੋਟਲ ਨੰਬਰ ਆਫ ਇਲੈਕਟ੍ਰੋਨਸ ਕਿੰਨੇ ਹੋਣਗੇ ਇਸ ਕੰਡਕਟਰ ਦੇ ਅੰਦਰ, ਹੈ ਨਾ, ਜਿਹੜੇ ਫਲੋ ਕਰ ਰਹੇ ਆ। ਅਗਰ ਐਨ ਬੀ ਦਾ ਨੰਬਰ ਡੈਂਸਿਟੀ ਆਫ ਇਲੈਕਟ੍ਰੋਨਸ ਇਨ ਦੀ ਕੰਡਕਟਰ, ਟੋਟਲ ਨੰਬਰ ਆਫ ਇਲੈਕਟ੍ਰੋਨਸ ਲਿਖੇ ਜਾਊਗੇ ਬੇਟਾ ਐਨ ਮਲਟੀਪਲਾਈ ਏ ਐਲ। ਐਨ ਹੈਗਾ ਵਾ ਨੰਬਰ ਆਫ ਇਲੈਕਟ੍ਰੋਨਸ ਪਰ ਯੂਨਿਟ ਵੋਲਿਊਮ, ਐਨ ਹੈਗਾ ਨੰਬਰ ਡੈਂਸਿਟੀ ਨਾ, ਨੰਬਰ ਡੈਂਸਿਟੀ ਦਾ ਮਤਲਬ ਨੰਬਰ ਆਫ ਇਲੈਕਟ੍ਰੋਨਸ ਪਰ ਯੂਨਿਟ ਵੋਲਿਊਮ। ਇਸ ਕੰਡਕਟਰ ਦਾ ਵੋਲਿਊਮ ਕਿੰਨਾ ਲਿਖਾਂ ਬੇਟਾ, ਇਸ ਕੰਡਕਟਰ ਦਾ ਵੋਲਿਊਮ ਕਿੰਨਾ ਲਿਖਾਂ, ਇਸ ਕੰਡਕਟਰ ਦਾ ਵੋਲਿਊਮ ਹੈਗਾ ਏ ਇੰਟੂ ਐਲ, ਇਸ ਕੰਡਕਟਰ ਦਾ ਵੋਲਿਊਮ ਬੇਟਾ ਏ ਇੰਟੂ ਐਲ। ਸੋ ਜਦੋਂ ਮੈਂ ਨੰਬਰ ਡੈਂਸਿਟੀ ਨੂੰ ਵੋਲਿਊਮ ਨਾਲ ਮਲਟੀਪਲਾਈ ਕਰ ਦੂੰਗਾ ਬੇਟਾ, ਨੰਬਰ ਡੈਂਸਿਟੀ ਨੂੰ ਵੋਲਿਊਮ ਨਾਲ ਮਲਟੀਪਲਾਈ ਕਰ ਦੂੰਗਾ, ਮੈਨੂੰ ਪਤਾ ਲੱਗੂਗਾ ਟੋਟਲ ਨੰਬਰ ਆਫ ਇਲੈਕਟ੍ਰੋਨਸ, ਠੀਕ ਹੈ। ਦੈਟ ਇਜ਼ ਐਨ ਇੰਟੂ ਏ ਐਲ, ਇਕੁਏਸ਼ਨ ਨੰਬਰ 2। ਅੱਛਾ ਟੋਟਲ ਚਾਰਜ ਕਿੰਨਾ ਲਿਖਾਂ ਫਿਰ,
ਅਗਰ ਨੰਬਰ ਆਫ ਇਲੈਕਟ੍ਰੋਨਸ ਇੰਨੇ ਫਲੋ ਹੋ ਰਹੇ ਆ ਇਸ ਕੰਡਕਟਰ ਚੋਂ ਤਾਂ ਟੋਟਲ ਚਾਰਜ ਕਿੰਨਾ ਲਿਖਾਂ ਪੁੱਤਰ? ਬੇਟਾ ਚਾਰਜ ਹੁੰਦਾ ਇਹਨੂੰ ਮੰਨ ਲਵਾਂ ਕੈਪੀਟਲ ਐਨ ਦੇ ਬਰਾਬਰ, ਇਹ ਕੀ ਆ ਕੈਪੀਟਲ ਐਨ ਦੇ ਬਰਾਬਰ ਚਾਰਜ ਹੁੰਦਾ ਬੇਟਾ ਕਿਊ ਐਨ ਇਨ ਟੂ ਈ, ਹੈ ਨਾ? ਚਾਰਜ ਦਾ ਫਾਰਮੂਲਾ ਪੜ੍ਹਾਇਆ ਸਰ ਜੀ, ਪਲੱਸ ਮਾਈਨਸ ਐਨ ਈ, ਇੱਥੇ ਐਨ ਇਨ ਟੂ ਈ ਲਿਖ ਰਿਹਾ ਵਾ, ਠੀਕ ਹੈ? ਐਨ ਕੀ ਚੀਜ਼ ਆ? ਟੋਟਲ ਨੰਬਰ ਆਫ ਇਲੈਕਟ੍ਰੋਨ, ਐਨ ਕੀ ਚੀਜ਼ ਆ? ਟੋਟਲ ਨੰਬਰ ਆਫ ਇਲੈਕਟ੍ਰੋਨਸ, ਉਹਨੂੰ ਜਦੋਂ ਇਲੈਕਟ੍ਰੋਨ ਦੇ ਉੱਪਰ ਜਿੰਨਾ ਚਾਰਜ ਆ ਉਹਨਾਂ ਮਲਟੀਪਲਾਈ ਕਰ ਦਊਗਾ, ਮੈਨੂੰ ਪਤਾ ਲੱਗ ਜਾਊਗਾ ਟੋਟਲ ਚਾਰਜ ਕਿੰਨਾ ਫਲੋ ਹੋਇਆ ਇਸ ਕੰਡਕਟਰ ਚੋਂ। ਸੋ ਬੇਟਾ ਇਸ ਕਿਊ ਦੀ ਵੈਲਿਊ ਆ ਗਈ ਐਨ ਇਨ ਟੂ ਏ ਐਲ, ਐਨ ਇਨ ਟੂ ਏ ਐਲ, ਐਨ ਇਨ ਟੂ ਏ ਐਲ ਇਸ ਕੈਪੀਟਲ ਐਨ ਦੀ ਵੈਲਿਊ ਇਨ ਟੂ ਈ, ਇਕੁਏਸ਼ਨ ਨੰਬਰ 4। ਬੇਟਾ ਚਾਰਜ ਦੀ ਵੈਲਿਊ ਪਤਾ ਲੱਗ ਗਈ ਇਸ ਕੰਡਕਟਰ ਚੋਂ ਕਿੰਨਾ ਚਾਰਜ ਫਲੋ ਹੋ ਰਿਹਾ ਟਾਈਮ ਟੀ ਲਈ, ਇਸ ਕੰਡਕਟਰ ਚੋਂ ਕਿੰਨਾ ਚਾਰਜ ਫਲੋ ਹੋ ਰਿਹਾ ਟਾਈਮ ਟੀ ਲਈ। ਅੱਛਾ ਕਿਸ ਵੈਲੋਸਿਟੀ ਨਾਲ? ਡ੍ਰਿਫਟ ਵੈਲੋਸਿਟੀ ਵੀਡੀ ਨਾਲ। ਅੱਛਾ ਅਗਰ ਇਹ ਇਲੈਕਟ੍ਰੋਨਸ ਇਸ ਕ੍ਰੋਸ ਸੈਕਸ਼ਨ ਤੋਂ ਇਸ ਕ੍ਰੋਸ ਸੈਕਸ਼ਨ ਤੋਂ ਇਸ ਕ੍ਰੋਸ ਸੈਕਸ਼ਨ ਤੱਕ ਜਾ ਰਹੇ ਨੇ, ਇੱਕ ਇਲੈਕਟ੍ਰੋਨਸ ਇਸ ਕ੍ਰੋਸ ਸੈਕਸ਼ਨ ਤੋਂ ਇਸ ਕ੍ਰੋਸ ਸੈਕਸ਼ਨ ਤੱਕ ਜਾ ਰਹੇ ਨੇ, ਕਿੰਨੀ ਡਿਸਪਲੇਸਮੈਂਟ ਕਵਰ ਕਰਨੀ ਪਈ? ਐਲ। ਕਿੰਨੀ ਡਿਸਪਲੇਸਮੈਂਟ ਕਵਰ ਕਰਨੀ ਪਈ? ਐਲ। ਬੇਟਾ ਕਿੰਨੇ ਟਾਈਮ ਚ? ਟੀ ਟਾਈਮ ਚ। ਔਰ ਯਾਦ ਕਰੋ ਡ੍ਰਿਫਟ ਵੈਲੋਸਿਟੀ ਵੈਲੋਸਿਟੀ ਹੀ ਹੈ ਨਾ ਇੱਕ, ਸੋ ਵੈਲੋਸਿਟੀ ਕੀ ਹੁੰਦੀ ਆ? ਡਿਸਪਲੇਸਮੈਂਟ ਅਪੋਨ ਟਾਈਮ। ਸੋ ਬੇਟਾ ਇਹ ਵੀਡੀ ਕਿਹਦੇ ਇਕੁਅਲ ਆ? ਐਲ ਅਪੋਨ ਟੀ ਦੇ। ਡਿਸਪਲੇਸਮੈਂਟ ਟੋਟਲ ਡਿਸਪਲੇਸਮੈਂਟ ਅਪੋਨ ਟੋਟਲ ਟਾਈਮ, ਟੋਟਲ ਡਿਸਪਲੇਸਮੈਂਟ ਅਪੋਨ ਟੋਟਲ ਟਾਈਮ। ਤਰੀਕਾ ਸਿੱਖੋ ਨਾ, ਪਹਿਲਾਂ ਚਾਰਜ ਪਤਾ ਕੀਤਾ ਮੈਂ ਬੇਟਾ, ਹੁਣ ਮੈਂ ਟਾਈਮ ਪਤਾ ਕਰ ਰਿਹਾ ਵਾਂ, ਔਰ ਉਹਦੇ ਲਈ ਮੈਨੂੰ ਯਾਦ ਆ ਕਿ ਵੈਲੋਸਿਟੀ ਹੁੰਦੀ ਡਿਸਪਲੇਸਮੈਂਟ ਅਪੋਨ ਟਾਈਮ। ਸੋ ਅਗਰ ਵੀ ਡੀ ਐਲ ਅਪੋਨ ਟੀ ਦੇ ਬਰਾਬਰ ਆ, ਅਗਰ ਵੀ ਡੀ ਐਲ ਅਪੋਨ ਟੀ ਦੇ ਬਰਾਬਰ ਆ, ਤਾਂ ਬੇਟਾ ਟਾਈਮ ਕਿਹਦੇ ਇਕੁਅਲ ਆਇਆ? ਐਲ ਅਪੋਨ ਵੀ ਡੀ। ਟਾਈਮ ਕਿਹਦੇ ਇਕੁਅਲ ਆਇਆ? ਐਲ ਅਪੋਨ ਵੀ ਡੀ, ਰੱਖੋ ਬ੍ਰੈਕਟ ਦੇ ਵਿੱਚ ਇਕੁਏਸ਼ਨ ਨੰਬਰ 5, ਠੀਕ ਹੈ? ਟਾਈਮ ਕਿਹਦੇ ਇਕੁਅਲ ਆਇਆ? ਐਲ ਅਪੋਨ ਵੀ ਡੀ। ਬੇਟਾ ਟਾਈਮ ਦੀ ਵੈਲਿਊ ਮਿਲ ਗਈ, ਚਾਰਜ ਦੀ ਵੈਲਿਊ ਮਿਲ ਗਈ, ਕਰੰਟ ਦਾ ਫਾਰਮੂਲਾ ਕੀ ਸੀ? ਕਿਊ ਬਾਈ ਡੀ। ਕਰੰਟ ਦਾ ਫਾਰਮੂਲਾ ਸੀ ਕਿਊ ਬਾਈ ਡੀ। ਸਬਸਟੀਟਿਊਟ ਕਰੋ, ਤੁਹਾਨੂੰ ਇੱਕ ਬਹੁਤ ਪਿਆਰਾ ਰਿਲੇਸ਼ਨ ਮਿਲਿਆ ਜਿਹਨੂੰ ਕਹਿੰਦਾ ਰਿਲੇਸ਼ਨ ਬਿਟਵੀਨ ਕਰੰਟ ਐਂਡ ਡ੍ਰਿਫਟ ਵੈਲੋਸਿਟੀ। ਸੋ ਆਈ ਇਜ਼ ਇਕੁਅਲਸ ਟੂ ਕਿਊ ਦੀ ਵੈਲਿਊ ਐਨ ਇਨ ਟੂ ਏ ਇਨ ਟੂ ਐਲ ਇਨ ਟੂ ਈ, ਐਨ ਇਨ ਟੂ ਏ ਇਨ ਟੂ ਐਲ ਇਨ ਟੂ ਈ ਡਿਵਾਈਡਡ ਬਾਈ ਟਾਈਮ ਦੀ ਵੈਲਿਊ ਬੇਟਾ ਐਲ ਅਪੋਨ ਵੀ ਡੀ, ਐਲ ਅਪੋਨ ਵੀ ਡੀ। ਅੱਛਾ ਇਸ ਐਲ ਦੇ ਨਾਲ ਐਲ ਕੈਂਸਲ ਹੋ ਗਿਆ, ਇਸ ਐਲ ਦੇ ਨਾਲ ਐਲ ਕੈਂਸਲ ਹੋ ਗਿਆ। ਸੋ ਆਈ ਕਿਹਦੇ ਇਕੁਅਲ ਆਇਆ? ਐਨ ਈ ਏ ਵੀ ਡੀ, ਐਨ ਈ ਏ ਵੀ ਡੀ। ਦਿਸ ਇਜ਼ ਦਾ ਰਿਲੇਸ਼ਨ ਬਿਟਵੀਨ ਕਰੰਟ ਐਂਡ ਡ੍ਰਿਫਟ ਵੈਲੋਸਿਟੀ, ਦਿਸ ਇਜ਼ ਦਾ ਰਿਲੇਸ਼ਨ ਬਿਟਵੀਨ ਕਰੰਟ ਐਂਡ ਡ੍ਰਿਫਟ ਵੈਲੋਸਿਟੀ। ਆਈ ਇਜ਼ ਇਕੁਅਲਸ ਟੂ ਐਨ ਈ ਏ ਵੀ ਡੀ, ਰਿਲੇਸ਼ਨ ਬਿਟਵੀਨ ਕਰੰਟ ਐਂਡ ਡ੍ਰਿਫਟ ਵੈਲੋਸਿਟੀ, ਠੀਕ ਹੈ ਬੇਟਾ? ਬੜਾ ਹੀ ਇੰਪੋਰਟੈਂਟ ਰਿਲੇਸ਼ਨ, ਮੋਸਟ ਇੰਪੋਰਟੈਂਟ ਵੀ ਕਹਾਂ ਤਾਂ ਕੋਈ ਗਲਤ ਨਹੀਂ ਗੱਲ ਆ। ਅੱਛਾ ਯਾਦ ਰੱਖਣ ਦਾ ਤਰੀਕਾ ਵੀਨਾ, ਆਈ ਇਜ਼ ਇਕੁਅਲਸ ਟੂ, ਇੱਦਾਂ ਯਾਦ ਰੱਖ ਲਓ, ਆਈ ਇਜ਼ ਇਕੁਅਲਸ ਟੂ ਵੀਨਾ, ਵੀ ਵਰਤ ਤੋਂ ਮਤਲਬ ਡ੍ਰਿਫਟ ਵੈਲੋਸਿਟੀ, ਵੀ ਵਰਤ ਤੋਂ ਡ੍ਰਿਫਟ ਵੈਲੋਸਿਟੀ, ਵੀ ਈ ਚਾਰਜ ਔਨ ਐਨ ਇਲੈਕਟ੍ਰੋਨ, ਐਨ ਨੰਬਰ ਡੈਂਸਿਟੀ ਆਫ ਇਲੈਕਟ੍ਰੋਨਸ, ਏ ਵੀਨਾ, ਵੀਨਾ ਡ੍ਰਿਫਟ ਵੈਲੋਸਿਟੀ ਵੀ ਡੀ ਇਨ ਟੂ ਈ ਇਨ ਟੂ ਐਨ ਇਨ ਟੂ ਏ, ਠੀਕ ਹੈ? ਅੱਗੇ ਪਿੱਛੇ ਟਰਮਾਂ ਲਿਖ ਹੋ ਗਈਆਂ ਲੇਕਿਨ ਰਿਲੇਸ਼ਨ ਤਾਂ ਮਿਲ ਗਿਆ ਨਾ। ਯਾਦ ਰੱਖੋ ਆਈ ਇਜ਼ ਇਕੁਅਲਸ ਟੂ ਵੀਨਾ, ਆਈ ਇਜ਼ ਇਕੁਅਲਸ ਟੂ ਵੀਨਾ, ਆਈ ਇਜ਼ ਇਕੁਅਲਸ ਟੂ ਵੀਨਾ, ਵੀ ਡੀ ਡ੍ਰਿਫਟ ਵੈਲੋਸਿਟੀ, ਈ ਚਾਰਜ ਔਨ ਐਨ ਇਲੈਕਟ੍ਰੋਨ, ਐਨ ਨੰਬਰ ਡੈਂਸਿਟੀ ਆਫ ਇਲੈਕਟ੍ਰੋਨਸ, ਏ ਏਰੀਆ ਆਫ ਕ੍ਰੋਸ ਸੈਕਸ਼ਨ, ਏ ਏਰੀਆ ਆਫ ਕ੍ਰੋਸ ਸੈਕਸ਼ਨ। ਸੋ ਆਈ ਕਿਹਦੇ ਇਕੁਅਲ ਆ ਗਿਆ? ਐਨ ਇਨ ਟੂ ਈ ਇਨ ਟੂ ਏ ਇਨ ਟੂ ਵੀ ਡੀ। ਯਾਦ ਰੱਖਣ ਦਾ ਤਰੀਕਾ ਵਾ ਬੇਟਾ, ਠੀਕ ਹੈ?
ਸੋ ਦਿਸ ਇਜ਼ ਦ ਰਿਲੇਸ਼ਨ ਬਿਟਵੀਨ ਕਰੰਟ ਐਂਡ ਡਿਫਟ ਵੈਲੋਸਿਟੀ। ਅੱਛਾ ਇੱਕ ਲਾਈਨ ਲਿਖੀ ਸੀ ਪਹਿਲੇ ਪੇਜ 'ਤੇ, ਲੇਕਿਨ ਹੁਣ ਲਿਖਣ ਲੱਗਾ ਔਰ ਸਮਝਾਉਣ ਲੱਗਾ, ਠੀਕ ਹੈ। ਔਰ ਉਹ ਲਾਈਨ ਬਹੁਤ ਇੰਪੋਰਟੈਂਟ ਆ, ਉਹਦੇ ਨਾਲ ਦੇ ਓਬਜੈਕਟਿਵ 'ਚ ਬਹੁਤ ਵਾਰ ਕੁਸਚਨ ਆ ਚੁੱਕੀ ਹੈ। ਕਹਿੰਦਾ ਫੋਰ ਅ ਗਿਵਨ ਕੰਡਕਟਰ, ਫੋਰ ਅ ਗਿਵਨ ਕੰਡਕਟਰ, ਕੋਈ ਗਿਵਨ ਕੰਡਕਟਰ ਹੈ, ਜਿੱਦਾਂ ਹੁਣ ਵੀ ਸਾਡੇ ਕੋਲ ਇੱਕ ਗਿਵਨ ਕੰਡਕਟਰ ਸੀ ਨਾ, ਜਿਹਦੀ ਲੈਂਥ ਅਤੇ ਏਰੀਆ ਆਫ ਕ੍ਰੋਸ ਸੈਕਸ਼ਨ ਅਸੀਂ ਬਰਾਬਰ ਲਿਆ ਸੀ, ਜਿਹਦਾ ਲੈਂਥ ਐਲ ਲਈ ਸੀ ਬਰਾਬਰ, ਮਤਲਬ ਅਲੱਗ ਅਲੱਗ ਜੀ ਨਹੀਂ ਸੀ, ਐਲ ਔਰ ਏ ਏਰੀਆ ਆਫ ਕ੍ਰੋਸ ਸੈਕਸ਼ਨ। ਪਰ ਹੁਣ ਇੱਥੇ ਉਹਨੇ ਕੀ ਲਾਈਨ ਕਹੀ ਹੈ, ਧਿਆਨ ਨਾਲ ਸੁਣਿਓ। ਕਹਿੰਦਾ ਫੋਰ ਅ ਗਿਵਨ ਕੰਡਕਟਰ, ਇਹ ਇੰਪੋਰਟੈਂਟ ਪੁਆਇੰਟ ਆ ਪੁੱਤਰ ਜੀ, ਕਰੰਟ ਡਜ਼ ਨੋਟ ਚੇਂਜ, ਕਰੰਟ ਡਜ਼ ਨੋਟ ਚੇਂਜ, ਔਰ ਇਹਦਾ ਮਤਲਬ ਵੀ ਸਮਝਾਊਂਗਾ ਚੰਗੀ ਤਰ੍ਹਾਂ। ਕਰੰਟ ਡਜ਼ ਨੋਟ ਚੇਂਜ ਵਿਦ ਚੇਂਜ ਇਨ ਏਰੀਆ ਆਫ ਕ੍ਰੋਸ ਸੈਕਸ਼ਨ, ਵਿਦ ਚੇਂਜ ਇਨ ਏਰੀਆ ਆਫ ਕ੍ਰੋਸ ਸੈਕਸ਼ਨ, ਕਰੰਟ ਡਜ਼ ਨੋਟ ਚੇਂਜ ਵਿਦ ਚੇਂਜ ਇਨ ਏਰੀਆ ਆਫ ਕ੍ਰੋਸ ਸੈਕਸ਼ਨ। ਕਰੰਟ ਨਹੀਂ ਬਦਲੇਗਾ ਅਗਰ ਕ੍ਰੋਸ ਸੈਕਸ਼ਨਲ ਏਰੀਆ ਚੇਂਜ ਹੋ ਜਾਵੇ। ਫੋਰ ਅ ਗਿਵਨ ਕੰਡਕਟਰ, ਫੋਰ ਅ ਗਿਵਨ ਕੰਡਕਟਰ, ਕਰੰਟ ਡਜ਼ ਨੋਟ ਚੇਂਜ ਵਿਦ ਦ ਚੇਂਜ ਇਨ ਏਰੀਆ ਆਫ ਕ੍ਰੋਸ ਸੈਕਸ਼ਨ। ਬਹੁਤ ਇੰਪੋਰਟੈਂਟ ਪੁਆਇੰਟ, ਠੀਕ ਹੈ, ਇਹਨੂੰ ਸਮਝੋ ਜ਼ਰਾ। ਮੰਨ ਲਓ ਮੇਰੇ ਕੋਲ ਇੱਕ ਕੰਡਕਟਰ ਆ ਜਿਹਦਾ ਪਹਿਲਾ ਏਰੀਆ ਆਫ ਕ੍ਰੋਸ ਸੈਕਸ਼ਨ ਥੋੜ੍ਹਾ ਸੀ, ਫਿਰ ਥੋੜ੍ਹਾ ਹੋਰ ਵੱਧ ਗਿਆ, ਠੀਕ ਹੈ, ਫਿਰ ਥੋੜ੍ਹਾ ਹੋਰ ਵੱਧ ਗਿਆ, ਇੱਥੇ ਏਰੀਆ ਕ੍ਰੋਸ ਸੈਕਸ਼ਨ ਬੇਟਾ ਥੋੜ੍ਹਾ ਵਾ, ਇੱਥੇ ਏਰੀਆ ਕ੍ਰੋਸ ਸੈਕਸ਼ਨ ਥੋੜ੍ਹਾ ਜਿਹਾ ਵੱਧ ਗਿਆ ਬੇਟਾ, ਇੱਥੇ ਹੋਰ ਜ਼ਿਆਦਾ ਵੱਧ ਗਿਆ। ਇਸ ਕੰਡਕਟਰ 'ਚੋਂ ਜਿੰਨਾ ਕਰੰਟ ਪਾਸ ਕਰ ਰਿਹਾ ਕਹਿੰਦਾ ਉਹ ਕੋਂਸਟੈਂਟ ਰਹੇਗਾ, ਜਿੰਨਾ ਇੱਥੋਂ ਪਾਸ ਕਰ ਰਿਹਾ ਸੀ, ਜਿੰਨਾ ਇੱਥੋਂ ਪਾਸ ਕਰ ਰਿਹਾ ਸੀ ਉਨਾ ਹੀ ਇੱਥੋਂ ਪਾਸ ਕਰੇਗਾ, ਐਂਡ ਇਟ ਇਜ਼ ਰਿਐਲਿਟੀ, ਇੱਦਾਂ ਹੀ ਹੁੰਦਾ। ਫੋਰ ਅ ਗਿਵਨ ਕੰਡਕਟਰ, ਕਰੰਟ ਡਜ਼ ਨੋਟ ਚੇਂਜ, ਕੰਡਕਟਰ ਰਿਮੇਨਸ ਅਨਚਾਰਜ, ਇਹ ਵੱਧ ਦਾ ਪੁਆਇੰਟ ਆ, ਅਗਲਾ ਪੁਆਇੰਟ ਆ ਉਹ ਵੱਧ ਦੀ ਗੱਲ। ਹੁਣ ਇਹ ਮੈਂ ਕਿਉਂ ਕਿਹਾ, ਇੱਕ ਰਿਲੇਸ਼ਨ ਪੜਿਆ ਨਾ ਹੁਣੀ ਆਪਾਂ, ਰਿਲੇਸ਼ਨ ਬਿਟਵੀਨ ਕਰੰਟ ਐਂਡ ਡਿਫਟ ਵੈਲੋਸਿਟੀ, ਆਈ ਕਿਹਦੇ ਇਕੁਅਲ, ਐਨ ਇੰਟੂ ਈ ਇੰਟੂ ਏ ਇੰਟੂ ਵੀ। ਕਹਿੰਦਾ ਕਰੰਟ ਕੋਂਸਟੈਂਟ ਰਹੇਗਾ, ਕਰੰਟ ਨੂੰ ਕਰ ਦਿਓ ਕੋਂਸਟੈਂਟ, ਕਰੰਟ ਕੋਂਸਟੈਂਟ ਰਹੇਗਾ, ਕਰੰਟ ਰਿਮੇਨ ਕੋਂਸਟੈਂਟ, ਕਰੰਟ ਡਜ਼ ਨੋਟ ਚੇਂਜ, ਕਰੰਟ ਡਜ਼ ਨੋਟ ਚੇਂਜ ਮਤਲਬ ਕਰੰਟ ਨਹੀਂ ਚੇਂਜ ਹੋਇਆ। ਅੱਛਾ ਏਰੀਆ ਆਫ ਕ੍ਰੋਸ ਸੈਕਸ਼ਨ ਤਾਂ ਚੇਂਜ ਹੋ ਗਿਆ ਵਾ ਜੀ। ਅੱਛਾ ਇਹ ਕੋਂਸਟੈਂਟ ਕਿਹਦੇ ਬਰਾਬਰ ਆ, ਐਨ ਇੰਟੂ ਈ ਇੰਟੂ ਏ ਇੰਟੂ ਵੀ ਡੀ, ਐਨ ਇੰਟੂ ਈ ਇੰਟੂ ਏ ਇੰਟੂ ਵੀ ਡੀ। ਅੱਛਾ ਐਨ ਇਜ਼ ਨੰਬਰ ਡੈਂਸਿਟੀ ਆਫ ਇਲੈਕਟ੍ਰੋਨਸ, ਕੋਂਸਟੈਂਟ ਕੰਡਕਟਰ ਦੇ ਅੰਦਰ ਕੋਂਸਟੈਂਟ ਆ, ਈ ਇਜ਼ ਦਾ ਚਾਰਜ ਔਨ ਇਲੈਕਟ੍ਰੋਨ ਕੋਂਸਟੈਂਟ, ਏਰੀਆ ਬਦਲ ਗਿਆ, ਏਰੀਆ ਬਦਲ ਗਿਆ। ਹੁਣ ਅਗਰ ਏਰੀਆ ਬਦਲਿਆ ਵਾ, ਏਰੀਆ ਦੇ ਨਾਲ ਪਈ ਹੋਈ ਟਰਮ ਕੌਣ ਆ, ਡ੍ਰਿਫਟ ਵੈਲੋਸਿਟੀ, ਇਹ ਏ ਤੇ ਵੀ ਡੀ, ਵੀ ਡੀ ਵੀ ਬਦਲ ਜੂਗਾ, ਡ੍ਰਿਫਟ ਵੈਲੋਸਿਟੀ ਬਦਲ ਜੂਗੀ ਇਲੈਕਟ੍ਰੋਨਸ ਦੀ। ਧਿਆਨ ਨਾਲ ਸੁਣੋ ਮੈਂ ਕੀ ਕਹਿ ਰਿਹਾ, ਅਗਰ ਕਰੰਟ ਨੂੰ ਕੋਂਸਟੈਂਟ ਰੱਖਣਾ ਨਾ, ਅਗਰ ਕਰੰਟ ਨੂੰ ਕੋਂਸਟੈਂਟ ਰੱਖਣਾ ਵਾ ਕਿਸੇ ਕੰਡਕਟਰ 'ਚੋਂ ਜਿਹਦਾ ਏਰੀਆ ਕ੍ਰੋਸ ਸੈਕਸ਼ਨ ਅਲੱਗ ਅਲੱਗ ਆ, ਜਿਹਦਾ ਏਰੀਆ ਕ੍ਰੋਸ ਸੈਕਸ਼ਨ ਅਲੱਗ ਅਲੱਗ ਆ, ਤਾਂ ਡ੍ਰਿਫਟ ਵੈਲੋਸਿਟੀ ਬਦਲ ਜਾਏਗੀ, ਕਰੰਟ ਕੋਂਸਟੈਂਟ ਰਹੇਗਾ। ਪਰ ਇਹ ਗੱਲ ਯਾਦ ਰੱਖਿਓ, ਐਮਸੀਕਿਊ 'ਚ ਕੁਸਚਨ ਆਉਣਾ ਹੀ ਆਉਣਾ। ਏ ਤੇ ਵੀ ਡੀ ਦਾ ਪ੍ਰੋਡਕਟ ਕੋਂਸਟੈਂਟ ਹੁੰਦਾ, ਏ ਤੇ ਵੀ ਡੀ ਦਾ ਪ੍ਰੋਡਕਟ ਕੋਂਸਟੈਂਟ ਹੁੰਦਾ, ਕੁਝ ਯਾਦ ਆਉਣੀ ਹੋਣੀ ਹੈ ਪਲੱਸ ਵਨ ਦੀ ਵੀ ਗੱਲ, ਹੈ ਨਾ। ਏ ਤੇ ਵੀ ਡੀ ਕੀ ਚੀਜ਼ ਆ, ਰੇਟ ਆਫ ਫਲੋ, ਰੇਟ ਆਫ ਫਲੋ, ਏ ਇੰਟੂ ਵੀ, ਏ ਇੰਟੂ ਵੀ, ਰੇਟ ਆਫ ਫਲੋ,
ਉੱਥੇ ਕੀ ਸੀਗਾ, ਲਿਕੁਡ ਦੀ ਗੱਲ ਹੋ ਰਹੀ ਹੈ, ਇੱਥੇ ਕਿਹਦੀ ਆ, ਚਾਰਜ ਦੀ ਗੱਲ ਹੋ ਰਹੀ ਹੈ, ਰੇਟ ਆਫ ਫਲੋ ਆਫ ਕਾਂਸਟੈਂਟ ਰਹੇਗਾ। ਹੁਣ ਉਹਨੂੰ ਕਾਂਸਟੈਂਟ ਰੱਖਣ ਲਈ ਇਸ ਏ ਤੇ ਵੀ ਡੀ ਦੇ ਪ੍ਰੋਡਕਟ ਨੂੰ ਕਾਂਸਟੈਂਟ ਰਹਿਣਾ ਪਏਗਾ ਨਾ, ਏ ਤੇ ਵੀ ਡੀ, ਏ ਇਜ਼ ਦਾ ਏਰੀਆ ਆਫ ਕ੍ਰੋਸ ਸੈਕਸ਼ਨ, ਠੀਕ ਹੈ ਜੀ, ਏ ਇਜ਼ ਦਾ ਏਰੀਆ ਆਫ ਕ੍ਰੋਸ ਸੈਕਸ਼ਨ ਐਂਡ ਵੀ ਡੀ ਇਜ਼ ਡ੍ਰਿਫਟ ਵੈਲੋਸਿਟੀ। ਸੋ ਸੋਚੋ ਬੇਟਾ, ਅਗਰ ਏਰੀਆ ਆਫ ਕ੍ਰੋਸ ਸੈਕਸ਼ਨ ਇੰਕਰੀਜ਼ ਹੋਊਗਾ, ਕਿਉਂਕਿ ਇੱਥੋਂ ਆ ਗਿਆ ਨਾ ਡ੍ਰਿਫਟ ਵੈਲੋਸਿਟੀ ਇਜ਼ ਇਨਵਰਸਲੀ ਪ੍ਰੋਪੋਰਸ਼ਨਲ ਟੂ ਏਰੀਆ ਆਫ ਕ੍ਰੋਸ ਸੈਕਸ਼ਨ, ਅਗਰ ਕਰੰਟ ਕਾਂਸਟੈਂਟ, ਇਫ ਆਈ ਇਜ਼ ਕਾਂਸਟੈਂਟ, ਇਫ ਆਈ ਇਜ਼ ਕਾਂਸਟੈਂਟ, ਅਗਰ ਕਰੰਟ ਕਾਂਸਟੈਂਟ ਆ ਤਾਂ ਡ੍ਰਿਫਟ ਵੈਲੋਸਿਟੀ ਇਨਵਰਸਲੀ ਪ੍ਰੋਪੋਰਸ਼ਨਲ ਹੋਊਗੀ ਏਰੀਆ ਆਫ ਕ੍ਰੋਸ ਸੈਕਸ਼ਨ, ਠੀਕ ਹੈ ਜੀ। ਹੁਣ ਮੈਂ ਇਹ ਨਹੀਂ ਕਹਿ ਰਿਹਾ ਡ੍ਰਿਫਟ ਵੈਲੋਸਿਟੀ ਏਰੀਆ ਤੇ ਡਿਪੈਂਡੈਂਟ ਆ, ਬੱਚੇ ਸਮਝ ਲੈਂਦੇ ਕਿ ਡ੍ਰਿਫਟ ਵੈਲੋਸਿਟੀ ਏਰੀਆ ਤੇ ਡਿਪੈਂਡੈਂਟ ਆ, ਡ੍ਰਿਫਟ ਵੈਲੋਸਿਟੀ ਚੇਂਜ ਹੋਊਗੀ ਏਰੀਆ ਦੇ ਚੇਂਜ ਹੋਣ ਨਾਲ, ਡ੍ਰਿਫਟ ਵੈਲੋਸਿਟੀ ਚੇਂਜ ਹੋਊਗੀ ਏਰੀਆ ਦੇ ਚੇਂਜ ਹੋਣ ਦੇ ਨਾਲ ਅਗਰ ਕਰੰਟ ਕਾਂਸਟੈਂਟ ਆ। ਡ੍ਰਿਫਟ ਵੈਲੋਸਿਟੀ ਦਾ ਜਿਹੜਾ ਫਾਰਮੂਲਾ ਪੜ੍ਹਾਇਆ ਸੀ ਨਾ, ਡ੍ਰਿਫਟ ਵੈਲੋਸਿਟੀ ਦਾ ਫਾਰਮੂਲਾ ਪੜ੍ਹਾਇਆ ਸੀਗਾ ਈ ਵੀ ਟੋ ਅਪੋਨ ਐਮ ਐਲ, ਈ ਵੀ ਟੋ ਅਪੋਨ ਐਮ ਐਲ, ਇਸ ਫਾਰਮੂਲੇ ਚ ਏਰੀਆ ਆਫ ਕ੍ਰੋਸ ਸੈਕਸ਼ਨ ਨਹੀਂ ਆਇਆ ਸੀ, ਇਸ ਫਾਰਮੂਲੇ ਚ ਏਰੀਆ ਆਫ ਕ੍ਰੋਸ ਸੈਕਸ਼ਨ ਨਹੀਂ ਆਇਆ ਸੀ ਬੇਟਾ, ਇਹਦਾ ਮਤਲਬ ਡ੍ਰਿਫਟ ਵੈਲੋਸਿਟੀ ਏਰੀਆ ਆਫ ਕ੍ਰੋਸ ਸੈਕਸ਼ਨ ਤੇ ਡਿਪੈਂਡੈਂਟ ਨਹੀਂ ਆ। ਪਰ ਅਗਰ ਕਿਸੇ ਕੰਡਕਟਰ ਦੇ ਵਿੱਚੋਂ ਕਾਂਸਟੈਂਟ ਕਰੰਟ ਫਲੋ ਕਰਵਾਉਣਾ ਚਾਹੁੰਦੇ ਹੋ ਪਰ ਉਹਦਾ ਏਰੀਆ ਆਫ ਕ੍ਰੋਸ ਸੈਕਸ਼ਨ ਅਲੱਗ ਅਲੱਗ ਆ, ਤਾਂ ਡ੍ਰਿਫਟ ਵੈਲੋਸਿਟੀ ਫਿਰ ਬਦਲੇਗੀ, ਔਰ ਕਿੱਦਾਂ ਬਦਲੇਗੀ, ਇਨਵਰਸਲੀ ਪ੍ਰਪੋਰਸ਼ਨਲ। ਇਹਦਾ ਮਤਲਬ ਜੇ ਇੱਥੇ ਏਰੀਆ ਆਫ ਕ੍ਰੋਸ ਸੈਕਸ਼ਨ ਮੈਂ ਲਿਖਾਂ ਏ ਔਰ ਇੱਥੇ ਹੋ ਗਿਆ 2a ਔਰ ਇੱਥੇ ਹੋ ਗਿਆ ਬੇਟਾ 3a, ਏਰੀਆ ਆਫ ਕ੍ਰੋਸ ਸੈਕਸ਼ਨ ਇੰਕਰੀਜ਼ ਹੋ ਰਿਹਾ, ਇਹਦਾ ਮਤਲਬ ਡ੍ਰਿਫਟ ਵੈਲੋਸਿਟੀ ਹੀ ਹੋਏਗੀ, ਡਿਕਰੀਜ਼ ਹੋਏਗੀ। ਸੋ ਅਗਰ ਇੱਥੇ ਏਰੀਆ ਆਫ ਕ੍ਰੋਸ ਸੈਕਸ਼ਨ ਏ ਸੀ ਔਰ ਡ੍ਰਿਫਟ ਵੈਲੋਸਿਟੀ ਵੀ ਡੀ ਸੀ, ਇੱਥੇ ਏਰੀਆ ਕ੍ਰੋਸ ਸੈਕਸ਼ਨ ਏ ਔਰ ਇਲੈਕਟ੍ਰੋਨਸ ਦੀ ਡ੍ਰਿਫਟ ਵੈਲੋਸਿਟੀ ਵੀ ਡੀ ਸੀ, ਇਸ ਕ੍ਰੋਸ ਸੈਕਸ਼ਨ ਤੇ ਏਰੀਆ ਡਬਲ ਹੋ ਗਿਆ, ਡ੍ਰਿਫਟ ਵੈਲੋਸਿਟੀ ਅੱਧੀ ਰਹਿ ਜਾਣੀ ਆ ਬੇਟਾ। ਇਸ ਕ੍ਰੋਸ ਸੈਕਸ਼ਨ ਤੇ ਏਰੀਆ ਆਫ ਕ੍ਰੋਸ ਸੈਕਸ਼ਨ ਕਿੰਨਾ ਹੋ ਗਿਆ, ਇਹਦੇ ਨਾਲੋਂ 3 ਗੁਣਾ ਜ਼ਿਆਦਾ ਹੋ ਗਿਆ, ਡ੍ਰਿਫਟ ਵੈਲੋਸਿਟੀ 1/3 ਰਹਿ ਜਾਏਗੀ, ਠੀਕ ਹੈ। ਇਹ ਗੱਲ ਯਾਦ ਰੱਖ ਲਈ, ਐਮ ਸੀ ਕਿਊ ਦੇ ਵਿੱਚ ਆਂਸਰ ਦੇਣੇ ਤੁਸੀਂ ਇਹਨਾਂ ਚੀਜ਼ਾਂ ਦੇ, ਏਰੀਆ ਆਫ ਕ੍ਰੋਸ ਸੈਕਸ਼ਨ ਇੰਕਰੀਜ਼ ਹੋਣ ਨਾਲ ਡ੍ਰਿਫਟ ਵੈਲੋਸਿਟੀ ਘੱਟ ਜਾਏਗੀ, ਏਰੀਆ ਆਫ ਕ੍ਰੋਸ ਸੈਕਸ਼ਨ ਦੇ ਡਿਕਰੀਜ਼ ਹੋਣ ਨਾਲ ਡ੍ਰਿਫਟ ਵੈਲੋਸਿਟੀ ਵੱਧ ਜਾਏਗੀ। ਪਰ ਬਾਰ ਬਾਰ ਕਹਿ ਰਹੇ ਹਾਂ ਇਟ ਡਜ਼ ਨਾਟ ਮੀਨ ਦੈਟ ਡ੍ਰਿਫਟ ਵੈਲੋਸਿਟੀ ਡਿਪੈਂਡਸ ਅਪੋਨ ਏਰੀਆ ਆਫ ਕ੍ਰੋਸ ਸੈਕਸ਼ਨ, ਡ੍ਰਿਫਟ ਵੈਲੋਸਿਟੀ ਦੇ ਫਾਰਮੂਲੇ 'ਚ ਏਰੀਆ ਆਫ ਕ੍ਰੋਸ ਸੈਕਸ਼ਨ ਨਹੀਂ ਆ, ਡ੍ਰਿਫਟ ਵੈਲੋਸਿਟੀ ਡਿਪੈਂਡ ਕਿੱਤੇ ਕਰਦੀ ਹੈ, ਪੋਟੈਂਸ਼ੀਅਲ ਡਿਫਰੈਂਸ ਤੇ, ਲੈਂਥ ਤੇ, ਠੀਕ। ਅੱਛਾ, ਦੂਸਰਾ ਪੁਆਇੰਟ ਵੀ ਬਹੁਤ ਇੰਪੋਰਟੈਂਟ ਆ, ਉਹ ਵੀ ਸੁਣੋ। ਦੂਸਰਾ ਪੁਆਇੰਟ ਆ ਕਿ ਕੰਡਕਟਰ, ਆ ਜਿਹੜਾ ਕੰਡਕਟਰ ਜਿਹ 'ਚੋਂ ਕਰੰਟ ਫਲੋ ਕਰ ਰਿਹਾ ਨਾ, ਜਿਹ 'ਚੋਂ ਕਰੰਟ ਫਲੋ ਕਰ ਰਿਹਾ ਆਈ, ਇਹਨੂੰ ਕਹੀਦਾ ਕਰੰਟ ਕੈਰਿੰਗ ਕੰਡਕਟਰ, ਦਿਸ ਇਜ਼ ਨੋਨ ਐਜ਼ ਕਰੰਟ ਕੈਰਿੰਗ ਕੰਡਕਟਰ। ਅਗਰ ਕੰਡਕਟਰ ਦੇ ਵਿੱਚੋਂ ਕਰੰਟ ਪਾਸ ਹੋ ਰਿਹਾ ਵਾ, ਉਹਨੂੰ ਕਹੀਦਾ ਕਰੰਟ ਕੈਰਿੰਗ ਕੰਡਕਟਰ, ਔਰ ਜਦੋਂ ਇਲੈਕਟ੍ਰਿਕ ਫੀਲਡ ਨਹੀਂ ਲਗਾਈ ਸੀਗੀ ਇਹਨੂੰ ਕਹੀਦਾ ਅਨਚਾਰਜ ਕੰਡਕਟਰ। ਜਦੋਂ ਇਲੈਕਟ੍ਰਿਕ ਫੀਲਡ, ਇਹ ਕਰੰਟ ਕਿਉਂ ਪਾਸ ਕੀਤਾ ਸੀ ਯਾਦ ਹੈ ਨਾ, ਇਹ ਪੋਟੈਂਸ਼ੀਅਲ ਡਿਫਰੈਂਸ ਕ੍ਰੀਏਟ ਕੀਤਾ, ਇਲੈਕਟ੍ਰਿਕ ਫੀਲਡ ਆਈ ਜਿਹਦੇ ਕਰਕੇ ਇਲੈਕਟ੍ਰੋਨ ਇੱਧਰ ਨੂੰ ਦੌੜੇ ਫਿਰ ਕਰੰਟ ਆਇਆ। ਅੱਛਾ, ਇਹ ਸੀਗਾ ਸਾਡਾ ਜਦੋਂ ਇਲੈਕਟ੍ਰਿਕ ਫੀਲਡ ਨਹੀਂ ਲਗਾਈ ਅਨਚਾਰਜ ਕੰਡਕਟਰ, ਦਿਸ ਇਜ਼ ਅਨਚਾਰਜ ਕੰਡਕਟਰ। ਇਹਨੂੰ ਅਨਚਾਰਜ ਕਿਉਂ ਕਹੀਦਾ ਪੁੱਤਰ, ਇਹਨੂੰ ਅਨਚਾਰਜ ਕਿਉਂ ਕਹੀਦਾ, ਕਿਉਂਕਿ ਜਿੰਨੇ ਨੰਬਰ ਆਫ ਇਲੈਕਟ੍ਰੋਨਸ ਆ ਉਨੇ ਹੀ ਨੰਬਰ ਆਫ ਅੰਦਰ ਪ੍ਰੋਟੋਨਸ ਨੇ, ਦਿਸ ਇਜ਼ ਅਨਚਾਰਜ ਕੰਡਕਟਰ। ਹੁਣ ਕੁਐਸਚਨ ਆ ਜਾਂਦਾ ਵਾ ਤੁਹਾਨੂੰ ਐਮ ਸੀ ਕਿਊ ਦੇ ਵਿੱਚ ਕਿ ਇਸ ਕਰੰਟ ਕੈਰਿੰਗ ਕੰਡਕਟਰ ਨੂੰ ਕੀ ਕਹੀਏ, ਇਟ ਇਜ਼ ਚਾਰਜ ਕੰਡਕਟਰ,
इज इट अ चार्ज कंडक्टर और अनचार्ज कंडक्टर? की यह चार्ज कंडक्टर है कि अनचार्ज कंडक्टर? ਕਿਹਦੀ ਗੱਲ ਕਰ ਰਿਹਾ ਮੈਂ? ਜਦੋਂ ਕਰੰਟ ਫਲੋ ਕਰ ਰਿਹਾ, ਜਦੋਂ ਇਹ ਚੋਂ ਕਰੰਟ ਫਲੋ ਕਰ ਰਿਹਾ, ਕੀ ਇਹ ਹੁਣ ਇਹਨੂੰ ਚਾਰਜ ਕੰਡਕਟਰ ਕਵਾਂ ਕਿ ਅਨਚਾਰਜ ਕੰਡਕਟਰ ਕਵਾਂ? ਇੱਕ ਕਰੰਟ ਕੈਰਿੰਗ ਕੰਡਕਟਰ ਨੂੰ ਚਾਰਜ ਕੰਡਕਟਰ ਕਹੀਏ ਕਿ ਅਨਚਾਰਜ ਕੰਡਕਟਰ ਕਹੀਏ? ਠੀਕ ਹੈ, ਦਿਮਾਗ 'ਚ ਸੋਚੋ, ਇੱਕ ਕਰੰਟ ਕੈਰਿੰਗ ਕੰਡਕਟਰ ਆ ਜਿਹ 'ਚੋਂ ਕਰੰਟ ਫਲੋ ਕਰ ਰਿਹਾ, ਜਿਹ 'ਚੋਂ ਕਰੰਟ ਫਲੋ ਕਰ ਰਿਹਾ, ਕੀ ਇਹ ਚਾਰਜ ਕੰਡਕਟਰ ਆ ਕਿ ਅਨਚਾਰਜ ਕੰਡਕਟਰ ਆ? ਚਾਰਜ ਕੰਡਕਟਰ ਆ ਕਿ ਅਨਚਾਰਜ ਕੰਡਕਟਰ ਆ? ਬੇਟਾ ਇਹ ਇੱਕ ਅਨਚਾਰਜ ਕੰਡਕਟਰ। ਇਹ ਗੱਲ ਨਾ ਬੱਚੇ ਛੇਤੀ ਸੋਚਦੇ ਨਹੀਂ ਇਸ ਚੀਜ਼ ਨੂੰ, ਕਿਉਂ ਕਹਿ ਰਹੇ ਆ ਸਰ ਅਨਚਾਰਜ ਕੰਡਕਟਰ? ਉਹ ਕਹਿੰਦੇ ਚਾਰਜ ਆ ਜੀ, ਕਰੰਟ ਫਲੋ ਕਰ ਰਿਹਾ, ਚਾਰਜ ਫਲੋ ਕਰ ਰਿਹਾ, ਪਰ ਜਿੰਨਾ ਚਾਰਜ ਇਸ ਕਰੋਸ ਸੈਕਸ਼ਨ ਚੋਂ ਐਂਟਰ ਹੋ ਰਿਹਾ ਉਨਾ ਹੀ ਚਾਰਜ ਇਸ ਕਰੋਸ ਸੈਕਸ਼ਨ ਚੋਂ ਲੀਵ ਕਰ ਰਿਹਾ ਉਸੇ ਟਾਈਮ ਤੇ। ਨੈੱਟ ਚਾਰਜ ਜ਼ੀਰੋ, ਨੈੱਟ ਚਾਰਜ ਜ਼ੀਰੋ। ਜਿੰਨਾ ਚਾਰਜ ਇਸ ਕਰੋਸ ਸੈਕਸ਼ਨ ਚੋਂ ਐਂਟਰ ਕਰ ਰਿਹਾ ਉਨਾ ਹੀ ਚਾਰਜ ਇਸ ਕਰੋਸ ਸੈਕਸ਼ਨ ਚੋਂ ਲੀਵ ਕਰ ਰਿਹਾ। ਬੋਲੋ ਫਿਰ ਨੈੱਟ ਚਾਰਜ ਕਿੰਨਾ? ਜਿੰਨਾ ਐਂਟਰ ਹੋਇਆ ਉਨਾ ਲੀਵ ਕਰ ਗਿਆ, ਜਿੰਨਾ ਐਂਟਰ ਹੋਇਆ ਉਨਾ ਲੀਵ ਕਰ ਗਿਆ, ਨੈੱਟ ਚਾਰਜ ਜ਼ੀਰੋ। ਸੋ ਇਫ ਕਰੰਟ ਇਜ਼, ਇਹ ਲਾਈਨ ਹੁਣ ਯਾਦ ਰਵੇ ਬੇਟਾ, ਸੋ ਇਫ ਕਰੰਟ ਇਜ਼ ਫਲੋਇੰਗ ਥਰੂ ਅ ਕੰਡਕਟਰ, ਥਰੂ ਅ ਕੰਡਕਟਰ, ਇਫ ਕਰੰਟ ਇਜ਼ ਫਲੋਇੰਗ ਥਰੂ ਅ ਕੰਡਕਟਰ, ਕਰੰਟ ਫਲੋ ਕਰ ਰਿਹਾ ਵਾ ਕੰਡਕਟਰ ਚੋਂ, ਇਟ ਸਟਿਲ ਰਿਮੇਨਸ ਅਨਚਾਰਜਡ, ਇਟ ਸਟਿਲ ਰਿਮੇਨਸ, ਇਟ ਸਟਿਲ ਰਿਮੇਨਸ। ਹੁਣ ਜਿਹੜੇ ਬੱਚੇ ਧਿਆਨ ਨਾਲ ਇਸ ਗੱਲ ਨੂੰ ਸਮਝੇ ਔਰ ਸੁਣੇ, ਉਹਨਾਂ ਨੂੰ ਇਹ ਟੈਸਟ ਦੇ ਵਿੱਚ ਕੁਸਚਨ ਉਹਨਾਂ ਨੇ ਆਂਸਰ ਸਹੀ ਦੇਣਾ, ਬਾਕੀਆਂ ਨੇ ਗਲਤ ਦੇਣਾ। ਬਾਕੀਆਂ ਨੇ ਕਹਿ ਦੇਣਾ ਜੀ ਚਾਰਜਡ ਆ, ਕਰੰਟ ਕੈਰਿੰਗ ਕੰਡਕਟਰ ਚਾਰਜਡ ਆ। ਸੋ ਇਫ ਕਰੰਟ ਇਜ਼ ਫਲੋਇੰਗ ਥਰੂ ਅ ਕੰਡਕਟਰ, ਇਟ ਸਟਿਲ ਰਿਮੇਨਸ ਅਨਚਾਰਜਡ, ਇਟ ਸਟਿਲ ਰਿਮੇਨਸ ਅਨਚਾਰਜਡ। ਕਲੈਰਿਟੀ ਬੇਟਾ? ਇਟ ਸਟਿਲ ਰਿਮੇਨਸ ਅਨਚਾਰਜਡ। ਓਕੇ, ਸੋ ਇਹ ਹੋ ਗਿਆ ਆਪਣਾ ਇੱਕ ਤਾਂ ਬੇਟਾ ਅਸੀਂ ਪੜ੍ਹ ਲਿਆ ਕਿ ਡ੍ਰਿਫਟ ਵੈਲੋਸਿਟੀ ਦੀ ਡੈਰੀਵੇਸ਼ਨ, ਡ੍ਰਿਫਟ ਵੈਲੋਸਿਟੀ ਕਿਹਦੇ ਇਕੁਅਲ, ਈ ਵੀ ਟੋ ਅਪੋਨ ਐਮ ਐਲ। ਬਾਰ ਬਾਰ ਬੋਲ ਰਹੇ ਹਾਂ ਛੇਤੀ ਤੋਂ ਛੇਤੀ ਇਹਨੂੰ ਰਿਜ਼ਲਟ ਨੂੰ ਯਾਦ ਰੱਖੋ ਨੂਮੈਰੀਕਲ ਕਰਨ ਲਈ, ਈ ਵੀ ਟੋ ਅਪੋਨ ਐਮ ਐਲ, ਈ ਵੀ ਟੋ ਅਪੋਨ ਐਮ ਐਲ। ਅੱਛਾ, ਇੱਕ ਰਿਲੇਸ਼ਨ ਕੀਤਾ ਕਰੰਟ ਤੇ ਡ੍ਰਿਫਟ ਵੈਲੋਸਿਟੀ ਚ, ਆਈ ਇਜ਼ ਇਕੁਅਲ ਟੂ ਐਨ ਈ ਏ ਵੀ ਡੀ, ਆਈ ਇਜ਼ ਇਕੁਅਲ ਟੂ ਐਨ ਈ ਏ ਵੀ ਡੀ। ਠੀਕ ਹੈ, ਹੁਣ ਅੱਗੇ ਸੁਣੋ ਆਪਣਾ ਨੈਕਸਟ ਟੋਪਿਕ ਧਿਆਨ ਨਾਲ ਸੁਣੋ। ਠੀਕ ਹੈ, ਹੁਣ ਅਸੀਂ ਕਰਨ ਲੱਗੇ ਹਾਂ ਬੇਟਾ ਕਿ ਰਸਿਸਟੈਂਸ ਕਿੱਦਾਂ ਪਤਾ ਕਰੀਏ, ਇਸ ਕੰਡਕਟਰ ਦੀ ਰਸਿਸਟੈਂਸ ਕਿੱਦਾਂ ਪਤਾ ਕਰੀਏ। ਹੁਣ ਰਸਿਸਟੈਂਸ ਦੀ ਜਦੋਂ ਗੱਲ ਆਈ ਨਾ, ਓਮਸ ਲਾਅ ਯਾਦ ਆਇਆ ਹੋਣਾ ਸਾਰਿਆਂ ਨੂੰ, ਸਾਰਿਆਂ ਨੂੰ ਓਮਸ ਲਾਅ ਯਾਦ ਆਉਣਾ ਚਾਹੀਦਾ ਜਦੋਂ ਮੈਂ ਰਸਿਸਟੈਂਸ ਦੀ ਗੱਲ ਛੇੜਤੀ। ਓਮਸ ਲਾਅ ਪੜ੍ਹੀਏ ਪਹਿਲਾਂ, ਬੱਚਿਆਂ ਨੂੰ ਓਮਸ ਲਾਅ ਦੀ ਡੈਫੀਨੇਸ਼ਨ ਵੀ ਨਹੀਂ ਪਤਾ ਹੁੰਦੀ ਆ। ਓਮਸ ਲਾਅ 9th 10th ਤੋਂ ਪੜ੍ਹਦੇ ਆ ਰਹੇ ਆ, ਓਮਸ ਲਾਅ ਧਿਆਨ ਦੇ ਨਾਲ ਸੁਣਨਾ। ਓਮਸ ਲਾਅ, ਓਮਸ ਲਾਅ ਨੇ ਕੀ ਕਿਹਾ? ਬੱਚੇ ਕਹਿੰਦੇ ਸਰ ਜੀ v ਇਜ਼ ਡਾਇਰੈਕਟਲੀ ਪ੍ਰਪੋਰਸ਼ਨਲ ਟੂ i, v ਇਜ਼ ਇਕੁਅਲ ਟੂ i r। ਰਿਐਲਿਟੀ ਇਹੀ ਹੈ ਕੀ? ਨਹੀਂ, ਰਿਐਲਿਟੀ ਇਹ ਨਹੀਂ ਆ। ਕੀ ਪਹਿਲਾਂ ਤਾਂ ਇਹ ਸੋਚੋ, ਕਰੰਟ ਪੋਟੈਂਸ਼ੀਅਲ ਡਿਫਰੈਂਸ ਤੇ ਡਿਪੈਂਡੈਂਟ ਹੋਏਗਾ ਕਿ ਪੋਟੈਂਸ਼ੀਅਲ ਡਿਫਰੈਂਸ ਕਰੰਟ ਤੇ ਡਿਪੈਂਡੈਂਟ ਹੋਏਗਾ? ਬੜਾ ਸੋਚੋ ਸਮਝਣ ਵਾਲਾ ਕੁਸਚਨ ਚ ਪਾ ਦਿੱਤਾ, ਧਿਆਨ ਨਾਲ ਸੋਚੋ ਮੈਂ ਕੀ ਬੋਲ ਰਿਹਾ ਵਾਂ। ਮੈਂ ਬੋਲ ਰਿਹਾ ਪੁੱਤਰ ਕਿ ਪੋਟੈਂਸ਼ੀਅਲ ਡਿਫਰੈਂਸ ਕਰੰਟ ਤੇ ਡਿਪੈਂਡੈਂਟ ਆ ਕਿ ਕਰੰਟ ਪੋਟੈਂਸ਼ੀਅਲ ਡਿਫਰੈਂਸ ਤੇ ਡਿਪੈਂਡੈਂਟ?
ਸੈੱਲ ਲਗਾਉਂਗੇ, ਬੈਟਰੀ ਲਗਾਉਂਗੇ ਤਾਂ ਕਰੰਟ ਮਿਲੇਗਾ, ਜਾਂ ਕਰੰਟ ਹੈਗਾ ਤਾਂ ਬੈਟਰੀ ਆਪੇ ਹੀ ਆ ਗਈ, ਆਪੇ ਨਹੀਂ ਆ ਗਈ, ਬੈਟਰੀ ਜਦੋਂ ਲਗਾਈ ਨਾ ਉਦੋਂ ਕਰੰਟ ਪਾਸ ਹੋਣਾ ਸ਼ੁਰੂ ਹੋਇਆ ਕਿਸੇ ਕੰਡਕਟਰ ਤੋਂ। ਠੀਕ ਹੈ, ਸੋ ਡੈਫੀਨੇਸ਼ਨ ਸਹੀ ਦੇਣੀ ਆ, ਓਮਸ ਲਾਅ ਦੀ ਡੈਫੀਨੇਸ਼ਨ। ਚਲੋ ਵੈਸੇ ਡੈਫੀਨੇਸ਼ਨ ਇਹ ਹੁਣ ਪਲੱਸ ਵਨ ਪਲੱਸ ਟੂ 'ਚ ਨਹੀਂ ਆਉਂਦੀ, ਪਰ ਬੱਚਿਆਂ ਨੂੰ ਪਤਾ ਹੋਣੀ ਚਾਹੀਦੀ ਕਿ ਐਗਜੈਕਟ ਡੈਫੀਨੇਸ਼ਨ ਹੈ ਕੀ ਆ ਓਮਸ ਲਾਅ ਦੀ। ਇਟ ਸਟੇਟਸ ਦੈਟ ਕਰੰਟ, ਪੋਟੈਂਸ਼ੀਅਲ ਨਹੀਂ ਕਹਿਣਾ, ਕਰੰਟ। ਇਟ ਸਟੇਟਸ ਦੈਟ ਕਰੰਟ ਫਲੋਇੰਗ ਥਰੂ ਅ ਕੰਡਕਟਰ, ਕਰੰਟ ਫਲੋਇੰਗ ਥਰੂ ਅ ਕੰਡਕਟਰ ਕਿਸੇ ਕੰਡਕਟਰ ਚੋਂ ਜਿਹੜਾ ਕਰੰਟ ਫਲੋ ਕਰ ਰਿਹਾ ਵਾ ਉਹ ਕਿਹਦੇ ਪ੍ਰਪੋਰਸ਼ਨਲ ਆ, ਇਜ਼ ਇਟ ਡਾਇਰੈਕਟਲੀ ਪ੍ਰਪੋਰਸ਼ਨਲ ਟੂ। ਦੇਖੋ ਕਿਹਦੀ ਗੱਲ ਹੋਈ ਹੈ ਪੁੱਤਰ, ਕਰੰਟ ਦੀ। ਕੌਣ ਪ੍ਰਪੋਰਸ਼ਨਲ ਆ? ਕਰੰਟ ਇਜ਼ ਡਾਇਰੈਕਟਲੀ ਪ੍ਰਪੋਰਸ਼ਨਲ ਟੂ, ਡਾਇਰੈਕਟਲੀ ਪ੍ਰਪੋਰਸ਼ਨਲ ਟੂ ਪੋਟੈਂਸ਼ੀਅਲ ਡਿਫਰੈਂਸ, ਟੂ ਦਾ ਪੋਟੈਂਸ਼ੀਅਲ ਡਿਫਰੈਂਸ ਅਪਲਾਈਡ ਅਕਰੋਸ ਅ ਕੰਡਕਟਰ, ਅਕਰੋਸ ਅ ਕੰਡਕਟਰ ਪ੍ਰੋਵਾਈਡਿਡ ਫਿਜ਼ੀਕਲ ਕੰਡੀਸ਼ਨ ਰਿਮੇਨਸ ਕਾਂਸਟੈਂਟ, ਪ੍ਰੋਵਾਈਡਿਡ ਆਲ ਦਾ ਫਿਜ਼ੀਕਲ ਕੰਡੀਸ਼ਨਸ, ਫਿਜ਼ੀਕਲ ਕੰਡੀਸ਼ਨ ਮਤਲਬ ਬੇਟਾ ਟੈਂਪਰੇਚਰ ਪ੍ਰੈਸ਼ਰ, ਆਲ ਦਾ ਫਿਜ਼ੀਕਲ ਕੰਡੀਸ਼ਨਸ ਰਿਮੇਨਸ ਕਾਂਸਟੈਂਟ, ਆਲ ਦਾ ਫਿਜ਼ੀਕਲ ਕੰਡੀਸ਼ਨ ਰਿਮੇਨਸ ਕਾਂਸਟੈਂਟ। ਠੀਕ ਹੈ, ਸੋ ਬੇਟਾ ਯਾਦ ਰੱਖਿਓ, ਆਈ ਇਜ ਡਾਇਰੈਕਟਲੀ ਪ੍ਰਪੋਰਸ਼ਨਲ ਟੂ ਵੀ, ਨਾ ਕਿ ਪੋਟੈਂਸ਼ੀਅਲ ਡਿਫਰੈਂਸ ਡਿਪੈਂਡਸ ਔਨ ਕਰੰਟ। ਕਰੰਟ ਇਜ ਡਾਇਰੈਕਟਲੀ ਪ੍ਰਪੋਰਸ਼ਨਲ ਟੂ ਵੀ ਆ, ਕਰੰਟ ਇਜ ਡਾਇਰੈਕਟਲੀ ਪ੍ਰਪੋਰਸ਼ਨਲ ਟੂ ਵੀ, ਔਰ ਜਿਹਨੂੰ ਬਾਅਦ ਫਿਰ ਜਾ ਕੇ ਲਿਖਿਆ ਵੀ ਇਜ ਇਕੁਅਲਸ ਟੂ ਆਈ ਇਨ ਟੂ ਆਰ, ਵੀ ਇਜ ਇਕੁਅਲਸ ਟੂ ਆਈ ਇਨ ਟੂ ਆਰ। ਇੱਥੇ ਜਿਹੜਾ ਆਰ ਆ ਉਹ ਕੀ ਚੀਜ਼ ਆ? ਆਰ ਨੂੰ ਲਿਖੀਦਾ ਵੀ ਅਪੋਨ ਆਈ ਦੇ ਬਰਾਬਰ, ਆਰ ਨੂੰ ਲਿਖੀਦਾ ਵੀ ਅਪੋਨ ਆਈ ਦੇ ਬਰਾਬਰ। ਅੱਛਾ, ਪੋਟੈਂਸ਼ੀਅਲ ਡਿਫਰੈਂਸ ਡਬਲ ਕਰੂੰਗਾ, ਧਿਆਨ ਨਾਲ ਸੁਣੋ ਜ਼ਰਾ, ਪੋਟੈਂਸ਼ੀਅਲ ਡਿਫਰੈਂਸ ਡਬਲ ਕਰੂੰਗਾ ਕਰੰਟ ਡਬਲ, ਪੋਟੈਂਸ਼ੀਅਲ ਡਿਫਰੈਂਸ ਟ੍ਰਿਪਲ ਕਰੂੰਗਾ ਕਰੰਟ ਟ੍ਰਿਪਲ, ਪੋਟੈਂਸ਼ੀਅਲ ਡਿਫਰੈਂਸ ਚਾਰ ਗੁਣਾ ਕਰੂੰਗਾ ਕਰੰਟ ਚਾਰ ਗੁਣਾ। ਬੇਟਾ 4 ਨਾਲ 4 ਕੈਂਸਲ, 3 ਨਾਲ 3 ਕੈਂਸਲ, 2 ਨਾਲ 2 ਕੈਂਸਲ, ਰੈਸਿਸਟੈਂਸ ਰਿਮੇਨ ਕਾਂਸਟੈਂਟ। ਇੱਥੇ ਆਰ ਕੀ ਚੀਜ਼ ਆ? ਆਰ ਇਜ਼ ਦਾ ਕਾਂਸਟੈਂਟ ਆਫ ਪ੍ਰੋਪੋਰਸ਼ਨੈਲਿਟੀ, v ਚੇਂਜ ਹੋਣ ਨਾਲ, i ਚੇਂਜ ਹੋਣ ਨਾਲ ਰੈਸਿਸਟੈਂਸ ਨਹੀਂ ਚੇਂਜ ਹੁੰਦੀ। r ਇਜ਼ ਦਾ ਰੈਸਿਸਟੈਂਸ ਆਫ ਦੀ ਕੰਡਕਟਰ, r ਇਜ਼ ਦਾ ਰੈਸਿਸਟੈਂਸ ਆਫ ਦੀ ਕੰਡਕਟਰ, ਪ੍ਰੋਪੋਰਸ਼ਨੈਲਿਟੀ ਆਇਆ ਨਾ, ਕਾਂਸਟੈਂਟ ਆਇਆ ਆਪਣਾ, r ਇਜ਼ ਦਾ ਕਾਂਸਟੈਂਟ ਆਫ ਪ੍ਰੋਪੋਰਸ਼ਨੈਲਿਟੀ ਵੀ ਕਹਿ ਸਕਦੇ ਸੀ, ਔਰ ਜਿਹਨੂੰ ਕਹੀਦਾ ਕੀ ਹੈ, ਰੈਸਿਸਟੈਂਸ ਆਫ ਦੀ ਕੰਡਕਟਰ, r ਇਜ਼ ਦਾ ਰੈਸਿਸਟੈਂਸ ਆਫ ਦੀ ਕੰਡਕਟਰ। ਔਰ ਕੀ ਇਹ ਕਾਂਸਟੈਂਟ ਹੋਏਗੀ? ਯੈਸ, r ਇਜ਼ ਦਾ ਰੈਸਿਸਟੈਂਸ ਆਫ ਦੀ ਕੰਡਕਟਰ, ਔਰ ਇੱਥੇ ਜਿਹੜਾ ਇਹ r ਨੂੰ ਮੈਂ ਬਾਰ ਬਾਰ ਕਹਿ ਰਿਹਾ ਇਹ ਕਾਂਸਟੈਂਟ ਹੋਏਗਾ v ਦੇ ਚੇਂਜ ਹੋਣ ਨਾਲ, ਕਾਂਸਟੈਂਟ ਆਫ ਪ੍ਰੋਪੋਰਸ਼ਨੈਲਿਟੀ ਹੈ ਨਾ, ਕਿਉਂਕਿ ਇਟ ਇਜ਼ ਕਾਂਸਟੈਂਟ ਆਫ ਪ੍ਰੋਪੋਰਸ਼ਨੈਲਿਟੀ, v ਚੇਂਜ ਹੋਣ ਨਾਲ, i ਚੇਂਜ ਹੋਣ ਨਾਲ r ਚੇਂਜ ਨਹੀਂ ਹੁੰਦਾ। ਇਹ ਗੱਲ ਦਿਮਾਗ 'ਚ ਬਿਠਾ ਲਓ, ਬੱਚਿਆਂ ਨੂੰ ਕਹੀਦਾ v ਡਬਲ ਹੋਇਆ r ਤੇ ਕੀ ਇਫੈਕਟ ਪਊਗਾ, ਕਹਿੰਦੇ v ਡਬਲ r ਡਬਲ, ਨਹੀਂ ਪੁੱਤਰ, v ਡਬਲ i ਡਬਲ, 2 ਨਾਲ 2 ਕੈਂਸਲ, ਰੈਸਿਸਟੈਂਸ ਰਿਮੇਨ ਸੇਮ, v ਡਬਲ i ਡਬਲ, 2 ਨਾਲ 2 ਕੈਂਸਲ, ਰੈਸਿਸਟੈਂਸ ਰਿਮੇਨ ਸੇਮ, r ਇਜ਼ ਕਾਂਸਟੈਂਟ ਆਫ ਪ੍ਰੋਪੋਰਸ਼ਨੈਲਿਟੀ ਨੋਨ ਐਸ ਦਾ ਰੈਸਿਸਟੈਂਸ ਆਫ ਦੀ ਕੰਡਕਟਰ, ਨੋਨ ਐਸ ਦੀ ਰੈਸਿਸਟੈਂਸ ਆਫ ਦੀ ਕੰਡਕਟਰ।
ठीक है। डिडक्शन ऑफ डिडक्शन ऑफ ओम्स लॉ बहुत इंपॉर्टेंट है बेटा, जिदा की ना आप रिलेशन बिटवीन करंट एंड ड्रिफ्ट वेलोसिटी उतना ही ये भी बहुत इंपॉर्टेंट है। डिडक्शन ऑफ ओम्स लॉ, डिडक्शन ऑफ ओम्स लॉ फ्रॉम ड्रिफ्ट वेलोसिटी, इतना ही लिखे अंदर टेस्ट। डिड्यूस एन एक्सप्रेशन ऑफ डिडक्शन ऑफ ओम्स लॉ फ्रॉम ड्रिफ्ट वेलोसिटी, डिडक्शन ऑफ ओम्स लॉ फ्रॉम ड्रिफ्ट वेलोसिटी बहुत इंपॉर्टेंट आर्टिकल। ठीक है, आज के आर्टिकल सारे ही बड़े इंपॉर्टेंट चल रहे हैं पुत्र, और सारे करंट इलेक्ट्रिसिटी के इंपॉर्टेंट आर्टिकल चल रहे हैं। अच्छा असी पढ़िया वी नो है ना, इदा ही असी स्टार्ट करी दा क्लास भी, वी इज नो आई इक्वल्स टू एन ई ए वी डी है ना, पढ़ चुके हैं करंट ते ड्रिफ्ट वेलोसिटी रिलेशन पढ़ चुके हैं कि आई के बराबर एन ई ए वी डी। आलसो आप ड्रिफ्ट वेलोसिटी वी डी भी पढ़ ली कि इक्वल EV tau upon mn, EV tau upon mn है ना, कुछ नहीं करना पुत्र, इस VD की जगह से सब्सटीट्यूट कर देना EV tau upon mn, इस VD की जगह से सब्सटीट्यूट कर लगा EV tau upon mn, इस ड्रिफ्ट वेलोसिटी VD की जगह से ड्रिफ्ट वेलोसिटी का फॉर्मूला पुट कर लगा वा, तुम्हें पता होना चाहिए तुम्हें करना कितना टेस्ट है। सो I इक्वल्स टू I is equals to N E A into V D, बेटा V D की जगह ते E V tau upon M N है ना। Question number third, I is equals to N E A into बेटा V D की जगह ते E V tau upon M N, ठीक है। हम देखो I के बराबर आ गया N into E square A tau upon M N into V, याद है ना ये वी जिहड़ा इत्थे मैं स्टार्टिंग च भी दस चुका है कि ए वी केड़ा वा पोटेंशियल डिफरेंस, ए वी केड़ा वा पोटेंशियल डिफरेंस, ए की है आई करंट, आई इज करंट, वी इज पोटेंशियल डिफरेंस। अच्छा वी अपॉन आई, इत्थों अगर मैं वी अपॉन आई लिखना होवे तां की लिखूंगा बेटा, वी तां ऑलरेडी इधर सी ना, आई इस लेफ्ट हैंड साइड सीगा, इहनूं राइट हैंड साइड लैके आया, डिवाइड जाएगा ना वी अपॉन आई, और आ वाली टर्म जिहड़ी है ना, आ वाली टर्म ਜਿਹੜੀ ਇੱਥੇ ਵੀ ਨਾਲ ਮਲਟੀਪਲਾਈ ਹੋ ਰਹੀ ਆ, ਇਹਨੂੰ ਮੈਂ ਉਸ ਸਾਈਡ ਲੈ ਕੇ ਚੱਲਾਂ, ਐਮ ਐਲ ਡਿਵਾਈਡ 'ਚ ਪਿਆ, ਉੱਧਰ ਜਾ ਕੇ ਬੇਟਾ ਮਲਟੀਪਲਾਈ, ਐਨ ਈ ਸਕੇਅਰ ਏ ਟੋ ਮਲਟੀਪਲਾਈ 'ਚ ਆ ਵੀ ਦੇ ਨਾਲ, ਉੱਧਰ ਜਾ ਕੇ ਡਿਵਾਈਡ ਐਨ ਈ ਸਕੇਅਰ ਏ ਟੋ ਹੈ ਨਾ। ਹੁਣ ਅਸੀਂ ਓਮਸ ਲੋ ਤੋਂ ਕੀ ਗੱਲ ਸਿੱਖੀ ਕਿ ਜਿਹੜਾ ਵੀ ਅਪੋਨ ਆਈ ਆ ਕਿਹਦੇ ਬਰਾਬਰ ਹੁੰਦਾ, ਫਰੋਮ ਓਮਸ ਲੋ, ਫਰੋਮ ਓਮਸ ਲੋ ਵੀ ਅਪੋਨ ਆਈ ਇਜ਼ ਇਕੁਅਲਸ ਟੂ ਆਰ ਹੈ ਨਾ, v upon i ਕਿਹਦੇ ਬਰਾਬਰ r ਦੇ, ਔਰ ਸਾਡਾ v upon i ਕਿਹਦੇ ਬਰਾਬਰ ਆਇਆ ml upon n e square a tau, ਇਹਨੂੰ ਇਕੁਏਸ਼ਨ ਨੂੰ ਮੈਂ ਸਟਾਰ ਨਾਮ ਦਵਾਂ ਔਰ ਇਸ ਇਕੁਏਸ਼ਨ ਨੂੰ ਅਗਰ ਹੈਸ਼ ਨਾਮ ਦਵਾਂ, ਦੋਨਾਂ ਨੂੰ ਜ਼ਰਾ ਕੰਪੇਅਰ ਕਰੋ, v upon i r ਦੇ ਬਰਾਬਰ, v upon i ml upon n e square a tau ਦੇ ਬਰਾਬਰ, v upon i r ਦੇ ਬਰਾਬਰ, v upon i ml upon n e square a tau ਦੇ ਬਰਾਬਰ। ਸੋ ਫਰੋਮ ਇਕੁਏਸ਼ਨ ਸਟਾਰ ਐਂਡ ਹੈਸ਼ ਮੈਂ ਕੀ ਲਿਖ ਸਕਦਾ, ਫਰੋਮ ਇਕੁਏਸ਼ਨ ਸਟਾਰ एंड हैश आर किदे इक्वल आया, इस कंडक्टर दी रेसिस्टेंस किदे इक्वल आई, इस कंडक्टर दी रेसिस्टेंस जिस कंडक्टर दे नाल असी खेल रहे थे ना थोड़ी देर पहला, जदे लेंथ एल, एरिया ऑफ क्रॉस सेक्शन ए, नंबर डेंसिटी एन, उस कंडक्टर दी रेसिस्टेंस आई एम इनटू एल अपॉन एन ई स्क्वायर ए टॉ,
ਇਸ ਓਮਸ ਲਾਅ ਦੀ ਹੈਲਪ ਨਾਲ ਅਸੀਂ ਕੰਡਕਟਰ ਦੀ ਰੈਸਿਸਟੈਂਸ ਦਾ ਐਗਜ਼ੈਕਟ ਫਾਰਮੂਲਾ ਲੈ ਕੇ ਆਏ। ਰਿਲੇਸ਼ਨ ਬਿਟਵੀਨ ਕਰੰਟ ਐਂਡ ਡ੍ਰਿਫਟ ਵੈਲੋਸਿਟੀ ਲਿਖਿਆ, ਉਸ ਉਹਦੇ ਵਿੱਚ ਡ੍ਰਿਫਟ ਵੈਲੋਸਿਟੀ ਦੇ ਫਾਰਮੂਲੇ ਦੀ ਵੈਲਿਊ ਸਬਸਟੀਟਿਊਟ ਕੀਤੀ, ਸਾਨੂੰ v / i ml / n e ਸਕੁਅਰ a ਟੌ ਮਿਲ ਗਿਆ। v / i ਕਿਹਦੇ ਇਕੁਅਲ ਹੁੰਦਾ ਬੇਟਾ? ਰੈਸਿਸਟੈਂਸ ਆਫ ਦੀ ਕੰਡਕਟਰ। ਸੋ ਰੈਸਿਸਟੈਂਸ ਆਫ ਕੰਡਕਟਰ ਦਾ ਫਾਰਮੂਲਾ ਮਿਲ ਚੁੱਕਾ ਵਾ, ਬਹੁਤ ਇੰਪੋਰਟੈਂਟ ਫਾਰਮੂਲਾ, ਇਸੇ ਕਰਕੇ ਬ੍ਰੈਕਟ ਦੇ ਵਿੱਚ ਰੱਖ ਰਿਹਾ ਵਾ। ਠੀਕ ਹੈ ਜੀ, ਦਿਸ ਐਕਸਪ੍ਰੈਸ਼ਨ ਇਜ਼ ਨੋਨ ਐਜ਼, this expression is known as resistance of conductor. ਠੀਕ ਹੈ, ਔਰ ਜਦੋਂ ਕਰੰਟ ਦਾ ਕਾਫੀ ਪਾਰਟ ਕੰਪਲੀਟ ਹੋ ਜਾਏਗਾ ਕਰੰਟ ਇਲੈਕਟ੍ਰਿਸਿਟੀ ਦਾ, ਅਸੀਂ ਰਿਵੀਜ਼ਨ ਵੀ ਜ਼ਰੂਰ ਕਰਾਂਗੇ। this expression is known as resistance of the conductor. ਠੀਕ ਹੈ, ਹੁਣ ਇਸ ਫਾਰਮੂਲੇ ਨੂੰ ਯਾਦ ਰੱਖਿਓ, ਐਮ ਐਲ ਅਪੋਨ ਐਨ ਈ ਸਕੇਅਰ ਏ ਟੋ, ਐਲ ਕੀ ਹੈ ਕੰਡਕਟਰ ਦੀ ਲੈਂਥ, ਏ ਕੀ ਹੈ ਏਰੀਆ ਕ੍ਰੋਸ ਸੈਕਸ਼ਨ, ਟੋ ਇਜ਼ ਦਾ ਰਿਲੈਕਸੇਸ਼ਨ ਟਾਈਮ, ਐਮ ਇਜ਼ ਦਾ ਮਾਸ ਆਫ ਇਲੈਕਟ੍ਰੋਨ, ਐਨ ਇਜ਼ ਦਾ ਨੰਬਰ ਡੈਂਸਿਟੀ ਆਫ ਇਲੈਕਟ੍ਰੋਨ, ਈ ਇਜ਼ ਦਾ ਚਾਰਜ ਔਨ ਇਲੈਕਟ੍ਰੋਨ। ਰਿਮੇਨਿੰਗ ਅਸੀਂ ਨੈਕਸਟ ਲੈਕਚਰ ਦੇ ਵਿੱਚ ਕਰਾਂਗੇ।